ਇੱਕ ਵਾਰ ਫਿਰ ਤੁਹਾਡਾ ਸਵਾਗਤ। ਡਾਕਟਰ ਸਾਹਿਬ, ਇਸ ਵਾਰ ਜਿਹੜੇ ਸੈਗਮੈਂਟ ਦੇ ਵਿੱਚ ਆਪਾਂ ਗੱਲ ਕਰਨੀ ਚਾਹੁੰਦੇ ਹਾਂ, ਕਰਨੀ ਚਾਹੁੰਦੇ ਹੈਗੇ ਹਾਂ ਜੀਓ ਪੋਲਿਟਿਕਸ ਬਾਰੇ। ਇੱਕ ਕਿਤਾਬ ਤੁਸੀਂ ਵੀ ਉਹਦੀ ਚਰਚਾ ਵੀ ਪੜ੍ਹੀ ਹੋ, ਹੋ ਸਕਦਾ ਕਿਤਾਬ ਵੀ ਪੜ੍ਹੀ ਹੋਵੇ, ਕਿ ਕਲੈਸ਼ ਆਫ ਸਿਵਲਾਈਜੇਸ਼ਨ। ਤੇ ਕਲੈਸ਼ ਆਫ ਸਿਵਲਾਈਜੇਸ਼ਨ ਦੇ ਵਿੱਚ ਇਹ ਲੱਗ ਰਿਹਾ ਹੈਗਾ ਕਿ ਦੁਨੀਆ ਜਿਹੜੀ ਉਹ ਇੱਕ ਵਾਰ ਫਿਰ ਤੀਜੀ ਜੰਗ ਵੱਲ ਜਾ ਰਹੀ ਹੈ। ਉਹਦੇ ਵਿੱਚ ਤਾਂ ਇਹ ਸੀ ਕਿ ਇੱਕ ਪਾਸੇ ਮੁਸਲਮਾਨ ਹੋਣਗੇ, ਇੱਕ ਪਾਸੇ ਕ੍ਰਿਸਚਨ ਹੋਣਗੇ, ਇਸ ਕਿਸਮ ਦੀ ਉਹਦੀ ਆਰਗੂਮੈਂਟ ਆ ਬੇਸਿਕਲੀ। ਪਰ ਆਪਾਂ ਦੇਖ ਰਹੇ ਹਾਂ ਕਿ ਇਸ ਸਮੇਂ ਜਿਹੜੀ ਜੰਗ ਹੈਗੀ ਆ, ਉਹ ਚਾਹੇ ਬਾਏ ਪ੍ਰੋਕਸੀ ਕ੍ਰਿਸਚਨਸ ਵੱਲੋਂ ਲੜੀ ਜਾ ਰਹੀ ਆ, ਪਰ ਦਿਸਣ ਦੀ ਪੱਧਰ 'ਤੇ ਯਹੂਦੀ ਅਤੇ ਮੁਸਲਮਾਨ ਟਕਰਾਓ ਆ ਰਿਹਾ, ਅਤੇ ਇਸਾਈਆਂ ਅਤੇ ਇਸਾਈਆਂ ਦਾ ਟਕਰਾਓ ਆ ਰਿਹਾ। ਭਾਰਤ ਅਤੇ ਚੀਨ ਆਬਾਦੀ ਪੱਖੋਂ ਵੱਡੇ ਦੇਸ਼ ਨੇ, ਪਰ ਹਜੇ ਉਹ ਇਹ ਸਾਰੇ ਕਾਸੇ ਤੋਂ ਇੱਕ ਵਾਰ ਪਾਸੇ ਨੇ, ਹਾਲਾਂਕਿ ਅਸਿੱਧੇ ਢੰਗ ਨਾਲ ਸ਼ਾਮਿਲ ਹੋ ਸਕਦੇ। ਤੁਹਾਨੂੰ ਕੀ ਲੱਗਦਾ ਹੈਗਾ ਕਿ ਜਿਹੜੀ ਦੁਨੀਆ ਹੈਗੀ ਆ, ਉਹਦੇ ਵਿੱਚ ਇਹ ਵੀ ਕਹਿੰਦੇ ਕਿ ਕਿਸੇ ਵੇਲੇ ਇਹ ਵੀ ਇੱਕ ਥਿਊਰੀ ਇੱਕ ਮਾਰਕਸਿਸਟ ਗਰੁੱਪਾਂ ਦੇ ਵਿੱਚ ਹੁੰਦੀ ਸੀ ਕਿ ਦੁਨੀਆ 'ਚ ਜਦੋਂ ਵੱਡੀਆਂ ਜੰਗਾਂ ਲੱਗਦੀਆਂ ਤਾਂ ਉਥਲ ਪੁਥਲ ਹੁੰਦੀ ਆ, ਤਾਂ ਇਨਕਲਾਬ ਹੁੰਦਾ ਹੈ, ਅਤੇ ਜਿਹੜਾ ਵਰਲਡ ਆਰਡਰ ਆ ਉਹ ਰੀਸਟਰਕਚਰ ਹੋ ਜਾਂਦਾ, ਦੁਬਾਰਾ ਉਹ ਨਵੇਂ ਸਿਰਿਓਂ ਬਣਦਾ। ਕੀ ਲੱਗਦਾ ਹੈਗਾ ਕਿ ਦੁਨੀਆ ਫਿਰ ਇੱਕ ਵਾਰ ਵੰਡਣ ਦੇ ਜਾਂ ਲੜਾਈ ਦੇ ਜਾਂ ਮੋੜ 'ਚ, ਜਾਂ ਜਿਸ ਤਰ੍ਹਾਂ ਤੁਹਾਡਾ ਇੱਕ ਧਾਰਨਾ ਹੈ, ਜਿੰਨੀਆਂ ਕਿਤਾਬਾਂ ਤੁਸੀਂ ਲਿਖੀਆਂ ਲਗਭਗ ਮੇਰਾ ਖਿਆਲ ਹੈ ਕਿ ਮੈਂ ਸਾਰੀਆਂ ਪੜ੍ਹੀਆਂ, ਉਹਨਾਂ 'ਚੋਂ ਇੱਕ ਗੱਲ ਆਉਂਦੀ ਹੈ ਕਿ ਚੀਨ ਹੈ ਜਿਹੜਾ ਇੱਕ ਵੱਡੀ ਤਾਕਤ ਵਜੋਂ ਉੱਭਰ ਰਿਹਾ। ਇਹ ਗੱਲ ਜਦੋਂ ਤੁਸੀਂ ਲਿਖੀ ਸੀ ਤਾਂ ਮੈਨੂੰ ਇਹ ਗੱਲ ਦੇ ਵਿੱਚ ਬਹੁਤਾ ਯਕੀਨ ਨਹੀਂ ਸੀ, ਮੈਂ ਉਦੋਂ ਉਮਰ 'ਚ ਵੀ ਛੋਟਾ ਸੀ। ਤੁਸੀਂ ਉਹਦੇ ਲਈ ਇੱਕ ਉਦਾਹਰਨ ਦਿੱਤੀ ਸੀਗੀ ਕਿ ਓਲੰਪਿਕਸ ਦੇ ਵਿੱਚ ਜਿਹੜੇ ਮੈਡਲ ਆ ਉਹ ਲਗਾਤਾਰ ਚੀਨ ਆਪਦੇ ਵਧਾਉਂਦਾ ਜਾ ਰਿਹਾ ਹੈ, ਤੇ ਇਸ ਵਾਰ ਵੀ ਉਹਨੇ ਅਮਰੀਕਾ ਨਾਲ ਬਰਾਬਰੀ ਕਰ ਲਈ, ਸ਼ਾਇਦ 40-40 ਕੁੱਲ ਮੈਡਲ ਆ ਜਿਹੜੇ ਉਹ ਅਮੈਰੀਕਾ ਦੇ ਜ਼ਿਆਦਾ ਨੇ। ਪਰ ਜੇ ਆਪਾਂ ਉਹ ਮੈਡਲ ਅਮੈਰੀਕਾ ਦੇ ਕੱਢੀਏ ਤਾਂ ਇੱਕ ਤਰ੍ਹਾਂ ਨਾਲ ਬੜੀ ਹੈਰਾਨੀ ਵਾਲੀ ਗੱਲ ਆ ਕਿ ਉਹ ਮੈਡਲ ਅਮੈਰੀਕੀਆਂ ਨੇ ਨਹੀਂ ਜਿੱਤੇ ਗਏ, ਉਹ ਜਿੰਨਾ ਹੋਰ ਦੇਸ਼ਾਂ ਤੋਂ ਜਾ ਕੇ ਅਮੈਰੀਕਾ 'ਚ ਵਸੇ ਲੋਕਾਂ ਨੇ ਜਿੱਤੇ ਨੇ। ਤਾਂ ਇੱਕ ਤਰ੍ਹਾਂ ਨਾਲ ਇਹ ਲੱਗਦਾ ਕਿ ਇਹ ਗੱਲ ਕਿਤੇ ਨਾ ਕਿਤੇ ਸੱਚੀ ਸਾਬਿਤ ਹੋ ਰਹੀ ਹੈ, ਅਤੇ ਇਹ ਵੀ ਕਿਹਾ ਜਾਂਦਾ ਕਿ ਉਹ ਵੱਡੀ ਪਾਵਰ ਤਾਂ ਹੈ ਹੀ ਹੈ, ਸੈਕਿੰਡ ਜਾਂ ਥਰਡ ਲਾਰਜੈਸਟ ਪਾਵਰ ਤਾਂ ਹੈ ਹੀ ਵਰਲਡ ਦੀ। ਕੀ ਲੱਗਦਾ ਹੈਗਾ ਕਿ ਜਿਹੜਾ ਚੀਨ ਆ ਅਤੇ ਭਾਰਤ ਆ, ਇਹ ਜੇ ਇੱਕਜੁੱਟ ਹੁੰਦੇ ਤਾਂ ਤੁਹਾਡੇ ਪੂਰਬ ਦੇ ਆਭਾਰ ਵਾਲਾ ਜਿਹੜਾ ਸੰਕਲਪ ਉਹ ਵੀ ਪੂਰਾ ਹੁੰਦਾ ਸੀ, ਅਤੇ ਇਹ ਜਿਹੜਾ ਵੈਸਟਰਨ ਕੰਟਰੀ ਨੇ ਇੰਨਾ ਲੰਮਾ ਸਮਾਂ ਦੂਸਰਿਆਂ ਦੇਸ਼ਾਂ ਨੂੰ ਕਲੋਨੀਆਂ ਬਣਾ ਬਣਾ ਲੁੱਟਿਆ, ਉਸ ਲੁੱਟ ਦਾ ਜਵਾਬ ਵੀ ਹੋ ਸਕਦਾ ਸੀ। ਪਰ ਲੱਗਦਾ ਇਹ ਹੈ ਕਿ ਤਾਂ ਆਪਸ ਵਿੱਚ ਦੀ ਟੱਕਰਨ ਨੂੰ ਤਿਆਰ ਖੜੇ ਆ। ਦੇਖੋ ਜੀ, ਇਹੀ ਬੜਾ ਵੱਡਾ ਦੁਖਾਂਤ ਹੈ ਨਾ ਕਿ ਜਿਹੜਾ ਪੂਰਬ ਦੇ ਵਿੱਚ ਜਿਹੜਾ ਹੈਗਾ, ਦੋ ਤਿੰਨ ਵੱਡੇ ਦੇਸ਼ ਕਹਿ ਜਾਵੇ, ਮੈਂ ਰੂਸ ਨੂੰ ਵੀ ਪੂਰਬ ਹੀ ਮੰਨਦਾ, ਤੇ ਰੂਸ, ਚੀਨ ਤੇ ਭਾਰਤ ਹੈ ਜੀ। ਤੇ ਜੇ ਮਤਲਬ ਪੂਰਬ ਜਿਹੜਾ ਹੈਗਾ ਜੇ ਸਮੁੱਚਾ ਹੋਏਗਾ ਜਾਂ ਪੂਰਾ ਹੋਏਗਾ, ਤੇ ਤਿੰਨਾਂ ਦਾ ਜਿਹੜਾ ਕੋਈ ਨਾ ਕੋਈ ਇਕੱਠਾ ਹੋਣਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਹੈਗਾ, ਮਿਲ ਕੇ ਚੱਲਣਾ ਜ਼ਰੂਰੀ ਹੈ। ਤੋ ਚਾਹੇ ਬ੍ਰਿਕਸ ਹੈ, ਚਾਹੇ ਮਤਲਬ ਸ਼ੰਘਾਈ ਕੋਆਪਰੇਸ਼ਨ, ਤੋ ਉਹ ਮਤਲਬ ਹੋ ਉਹ ਇੱਕ ਰੁਝਾਨ ਹੈ ਜਿਹੜਾ ਬ੍ਰਿਕਸ ਦਾ, ਜਿਹੜਾ ਉੱਭਰਨਾ ਜਿਹੜਾ ਹੈਗਾ। ਲੇਕਿਨ ਜਿਹੜਾ ਹੈਗਾ, ਜਿਹੜੀ ਰੂਸ ਤੇ ਚੀਨ ਤਾਂ ਲਗਭਗ ਇਕੱਠੇ ਹੋ ਗਏ ਨੇ, ਮਤਲਬ ਹੁਣ ਭਾਰਤ ਜਿਹੜੀ ਭੂਮਿਕਾ ਹੈਗੀ, ਹੁਣ ਭਾਰਤ ਦੇ ਜਿਹੜੇ ਮਤਲਬ ਪੂਰਬ ਵੱਲ ਜਿਹੜਾ
ਸਾਨੂੰ ਝੁਕਾਅ ਵੀ ਨਜ਼ਰ ਆ ਰਿਹਾ ਕਿ ਭਾਰਤ ਜਿਹੜਾ ਹੁਣ ਮਤਲਬ ਲਗਾਤਾਰ ਜਿਹੜਾ ਉਹਦੇ ਦੁਬਾਰਾ ਜਿਹੜਾ ਰੂਸ ਨਾਲ ਜਿਹੜੇ ਉਹਦੇ ਸੰਬੰਧ ਹੈ ਉਹ ਮਜ਼ਬੂਤ ਹੋ ਰਹੇ ਤੋਂ ਅਮਰੀਕਾ ਨੂੰ ਬਹੁਤ ਖਟਕਰਿਆ, ਬਾਕੀ ਪੱਛਮੀ ਦੇਸ਼ਾਂ ਨੂੰ ਤਾਂ ਬਹੁਤ ਖਟਕਦਾ ਹੈ ਜਿਹੜਾ ਭਾਰਤ ਦਾ ਜਿਹੜਾ ਰੂਸ ਵੱਲ ਝੁਕਾਅ ਹੈ। ਹੁਣ ਇੱਥੇ ਜਿਹੜੀ ਇੱਕ ਦੁਬਿਧਾ ਇਹ ਬਣੀ ਹੋਈ ਹੈ ਕਿ ਰੂਸ ਦੇ ਚੀਨ ਨਾਲ ਵੀ ਬਹੁਤ ਵਧੀਆ ਸੰਬੰਧ ਹੈ, ਭਾਰਤ ਨਾਲ ਵੀ ਬਹੁਤ ਵਧੀਆ ਸੰਬੰਧ ਹੈ, ਲੇਕਿਨ ਭਾਰਤ ਔਰ ਚੀਨ ਦੇ ਆਪਸ ਦੇ ਵਿੱਚ ਜਿਹੜੇ ਸੰਬੰਧ ਹੈ ਉਹ ਤਣਾਅਪੂਰਨ ਹੈ। ਹੁਣ ਅਸਲ ਦੇ ਵਿੱਚ ਜਿਹੜੀ ਗੱਲ ਹੈ ਕਿ ਜੇ ਭਾਰਤ ਜਿਹੜਾ ਹੈਗਾ ਸੱਚਮੁੱਚ ਜਿਹੜਾ ਜੇ ਪੂਰਬ ਦੀ ਜਿਹੜੇ ਕਹਿੰਦੇ ਤਾਂ ਹੈ ਕਿ ਅਸੀਂ ਲੁੱਕ ਈਸਟ ਜਿਹੜੀ ਪੋਲਿਸੀ ਹੈ ਜੀ, ਵੀ ਭਾਰਤ ਜਿਹੜਾ ਹੈਗਾ ਜੇ ਆਪਣੇ ਆਪ ਨੂੰ ਸੱਚਮੁੱਚ ਪੂਰਬ ਦਾ ਧੁਰਾ ਜਾਂ ਪੂਰਬ ਦਾ ਹਿੱਸਾ ਜਾਂ ਪੂਰਬ ਦਾ ਕੇਂਦਰ ਮੰਨ ਕੇ ਤੁਰੇ ਤਾਂ ਇਹ ਚੀਨ ਦੇ ਨਾਲ ਜਿਹੜਾ ਉਹ ਟਕਰਾਅ ਜਿਹੜਾ ਉਹ ਘਟਦਾ ਹੈਗਾ ਇਹਦੇ ਨਾਲ। ਜੀ ਮੈਂ ਇਹਦੇ ਵਿੱਚ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਸੀਗਾ ਕਿ ਜਿਹੜਾ ਚੀਨ ਆ, ਹਾਂਜੀ, ਸਾਡਾ ਇਤਿਹਾਸ ਦੇ ਵਿੱਚ ਚੀਨ ਨਾਲ ਕੋਈ ਨਸਲੀ ਟਕਰਾਓ ਨਹੀਂ ਕਦੇ ਆਇਆ। ਸਾਡੀ ਕੋਈ ਬਹੁਤੀ ਆਬਾਦੀ ਚੀਨ 'ਚ ਨਹੀਂ ਰਹਿੰਦੀ, ਚੀਨ ਦੀ ਆਬਾਦੀ ਕੋਈ ਬਹੁਤੀ ਭਾਰਤ 'ਚ ਨਹੀਂ ਰਹਿੰਦੀ ਗੀ, ਕੋਈ ਨਸਲੀ ਟਕਰਾਓ ਦੀ ਗੱਲ ਨਹੀਂ। ਰਿਲੀਜਨ ਸਾਡਾ ਬਿਲਕੁਲ ਵੱਖਰਾ ਹੈਗਾ, ਉਹਨਾਂ ਦਾ ਰਿਲੀਜਨ ਕਹਿ ਲਓ ਜਾਂ ਵੇ ਆਫ ਲਾਈਫ ਆ ਜਿਹੜੀ ਉਹ ਚਾਹੇ ਜਿਸ ਕਿਸਮ ਦੀ ਵੀ ਹੈਗੀ ਆ, ਚਾਹੇ ਬੁੱਧ ਤੋਂ ਪ੍ਰਭਾਵਿਤ ਆ ਚਾਹੇ ਉਹ ਲਾਓਤਸੇ ਵਰਗਿਆਂ ਤੋਂ ਪ੍ਰਭਾਵਿਤ ਆ, ਉਹਦੀ ਨਾਲ ਵੀ ਸਾਡਾ ਕੋਈ ਟਕਰਾਓ ਨਹੀਂ ਗਾ। ਜਿਹੜਾ ਸਾਡਾ ਸਰਹੱਦ ਆ ਉਹਨੂੰ ਵੱਡੀ ਪੱਧਰ 'ਤੇ ਹਿਮਾਲਿਆ ਨੇ ਵੰਡਿਆ ਹੋਇਆ, ਕੋਈ ਬਹੁਤੀ ਉਹਦੇ 'ਚ ਡਿਸਪਿਊਟ ਵਾਲੀ ਗੱਲ ਨਹੀਂ, ਖੜੀ ਕਰਨੀ ਹੈ ਡਿਸਪਿਊਟ ਤਾਂ ਕਿਤੇ ਵੀ ਜਾ ਕੇ ਖੜੀ ਕੀਤੀ ਜਾ ਸਕਦੀ ਹੈ, ਪਰ ਕੋਈ ਡਿਸਪਿਊਟ ਵਾਲੀ ਉਹਦੇ ਵਿੱਚ ਚੱਕਰ ਹੈ ਨਹੀਂ। ਸਾਡਾ ਸਮੁੰਦਰੀ ਤੱਟ ਵੀ ਕਿਤੇ ਸਾਂਝਾ ਨਹੀਂ ਆ ਕਿ ਕਿਤੇ ਕੋਈ ਝਗੜਾ ਹੋ, ਝਗੜਾ ਨਹੀਂ ਆ, ਪਰ ਝਗੜਾ ਬਣਾਇਆ ਕਿਉਂ ਜਾ ਰਿਹਾ? ਦੇਖੋ ਜੀ, ਮੇਰਾ ਇਹ ਮੰਨਣਾ ਹੈ ਕਿ ਇਹ ਮਤਲਬ ਜਿਹੜਾ ਪੱਛਮੀ ਦੇ ਖਾਸ ਕਰਕੇ ਅਮਰੀਕਾ ਦੇ ਜਿਹੜੀ ਨੀਤੀਆਂ ਦਾ ਜਿਹੜਾ ਹੈਗਾ, ਦੇਖੋ ਇੱਕ ਜਿਹੜੀ ਆਪਾਂ ਕਹਿੰਦੇ ਵੀ ਪਤਾ ਨਹੀਂ ਹੁਣ ਅਸੀਂ ਬਹੁਤ ਸਿਆਣੇ ਹੋ ਗਏ ਵੀ ਪਹਿਲਾਂ ਗੱਲਾਂ ਸਾਦੀਆਂ ਜਿਹੀਆਂ ਸੀਗੀਆਂ ਵੀ ਅਸੀਂ ਕਹਿੰਦੇ ਜਿਹੜੇ ਬ੍ਰਿਟਿਸ਼ ਸੀ ਪਾੜੋ ਅਤੇ ਰਾਜ ਕਰੋ ਨੀਤੀ ਜਿਹੜੀ ਡਿਵਾਈਡ ਐਂਡ ਰੂਲ, ਤਾਂ ਆਪਾਂ ਨੂੰ ਹੁਣ ਉਹਨੂੰ ਐਡੀ ਵੱਡੀ ਗੱਲ ਨਹੀਂ ਲੱਗਦੀ ਵੀ ਇਹ ਵੀ ਇਹ ਤਾਂ, ਲੇਕਿਨ ਅਸਲ ਦੇ ਵਿੱਚ ਉਹ ਨੀਤੀ ਬਦਲ ਨਿਰੰਤਰ ਜਾਰੀ ਹੈਗੀ ਕਿ ਮਤਲਬ ਸ਼ਾਹ ਮੁਹੰਮਦ ਨੇ ਕਿਹਾ ਸੀ ਕਿ ਵੀ ਜਿਹੜਾ ਅੰਗਰੇਜ਼ ਦੇ ਆਉਣ ਤੋਂ ਪਹਿਲਾਂ ਵੀ ਅਸੀਂ ਸਿੱਖ ਤਿੰਨੇ ਬੜੇ ਵਧੀਆ ਰਹਿ ਰਹੇ ਸੀ ਅਤੇ ਤੁਸੀਂ ਦੇਖੋ ਵੀ ਉਹਨਾਂ ਨੇ ਆ ਕੇ ਕੀ ਕੀਤਾ, ਵੀ ਉਹਦੀ ਆਖਰੀ ਜਿਹੜਾ ਉਹਦਾ ਕਰੂਰ ਰੂਪ ਜਿਹੜਾ 47 'ਚ ਅੰਗਰੇਜ਼ ਨੇ ਦਿਖਾ ਦਿੱਤਾ ਸਾਨੂੰ। ਲੇਕਿਨ ਹੁਣ ਮੇਰਾ ਇਹ ਮੰਨਣਾ ਕਿ ਉਹਨਾਂ ਨੇ ਮਤਲਬ ਜਿਹੜਾ ਉਹ ਇਹ ਨਹੀਂ ਕਿ ਉਹਦੇ ਨਾਲ ਹੀ ਖਤਮ ਹੋ ਗਈ ਗੱਲ 47 'ਚ ਜਿਹੜੀ ਵੰਡ ਦੀ ਜਿਹੜੀ, ਬਸ ਉਦੋਂ ਮਤਲਬ ਜਿਹੜੇ ਹਿੰਦੂ ਦੇਖੋ ਹਿੰਦੂ ਸਿੱਖ ਮੁਸਲਮਾਨ ਸਾਰੇ ਤਿੰਨੇ ਜਿਹੜੇ ਅੰਗਰੇਜ਼ ਦੇ ਆਉਣ ਤੋਂ ਪਹਿਲਾਂ ਵਾਲੇ ਪੰਜਾਬ 'ਚ ਮਤਲਬ ਇਕੱਠੇ ਰਹੇ, ਖੁਸ਼ੀ ਨਾਲ ਰਹਿ ਰਹੇ ਸੀ, ਲੇਕਿਨ ਫਿਰ ਮਤਲਬ ਉਹਨਾਂ ਨੇ ਡਿਵੀਜ਼ਨ ਕਰਤੇ ਇੱਕ ਪਾਸੇ ਹਿੰਦੂ ਸਿੱਖ ਅਤੇ ਇੱਕ ਪਾਸੇ ਮੁਸਲਮਾਨ। ਲੇਕਿਨ ਜਿਹੜੀ ਅਮਰੀਕਾ ਦੇ ਜਾਂ ਪੱਛਮੀ ਦੇਸ਼ਾਂ ਦੀ ਹੁਣ ਵੀ ਜਿਹੜੀ ਨੀਤੀ ਹੈ ਹੁਣ ਉਹ ਹੈ ਕਿ ਵੀ ਜਿਹੜਾ ਡਿਵਾਈਡ ਐਂਡ ਰੂਲ ਦੇ ਨਿਰੰਤਰ ਜਾਰੀ ਹੈ, ਹੁਣ ਹਿੰਦੂ ਅਤੇ ਸਿੱਖਾਂ ਨੂੰ ਆਪਸ 'ਚ ਅਤੇ ਫਿਰ ਸਿੱਖਾਂ ਦੇ ਵਿੱਚ ਜਿਹੜਾ ਜੱਟ ਅਤੇ ਗੈਰ ਜੱਟ ਦਾ ਜਿਹੜਾ ਪਾੜਾ ਹੈ ਇਹ ਸਾਰਾ ਜਿਹੜਾ, ਮੇਰਾ ਇਹ ਮੰਨਣਾ ਕਿ ਸਾਰੇ ਅਮਰੀਕਾ ਦੀ CIA ਦੀ ਇਹ ਉਹਨਾਂ ਦੀ ਜਿਹੜੀ ਨੀਤੀ ਹੈ ਜਿਹੜਾ ਹੁਣ ਇਹ ਕਿ ਲਗਾਤਾਰ ਮੈਂ ਕਿ ਚੀਨ ਨਾਲ ਹਲਕਾ ਜਿਹਾ ਟਕਰਾਓ ਬਣਿਆ ਆਇਆ ਹੋਇਆ। ਹਾਂਜੀ, ਉਹੀ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ ਕਿ ਜਿਹੜੀ ਚੀਨ ਨਾਲ ਸਾਡਾ ਟਕਰਾਅ ਹੋਈ ਹੈ ਜਿਸ ਕਿ ਇਹ ਵੀ ਜਿਹੜੀ ਅਮਰੀਕਨ ਜਿਹੜੀ ਨੀਤੀਆਂ ਨੇ ਉਹਦੇ ਪਿੱਛੇ ਜਿਹੜੀ ਮੁੱਖ ਤੌਰ 'ਤੇ ਜਿਹੜੀ CIA ਦੀਆਂ ਨੀਤੀਆਂ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵੀ ਚਾਹੇ ਹਿੰਦੂ ਸਿੱਖਾਂ ਟਕਰਾਅ ਪੈਦਾ ਕੀਤਾ ਜਾ ਜੱਟਾਂ ਦੇ ਗੈਰ ਜੱਟਾਂ 'ਚ ਜਿਹੜਾ ਟਕਰਾਅ ਪੈਦਾ ਕੀਤਾ ਜਾ ਰਿਹਾ, ਇਹ ਸਾਰੀ ਦੀ ਸਾਰੀ ਮੈਂ
ਬੜੀ ਦੇਰ ਤੋਂ ਆਪਣਾ ਖੁੱਲ ਕੇ ਕਿਹਾ ਕਿ ਇਹ ਮਤਲਬ ਜਿਹੜਾ ਮੈਂ ਤਾਂ ਇਹ ਵੇਖਿਆ ਵੀ ਜੱਟਵਾਦ ਵੀ ਜੱਟਾਂ ਦਾ ਫਿਨੋਮੀਨਾ ਨਹੀਂ, ਇਹ ਵੀ CIA ਦਾ ਟੀਕਾ ਲਾਇਆ ਹੋਇਆ, ਇਹ ਮੈਂ ਇਹ ਗੱਲ ਕਹੀ ਹੈ ਔਰ ਹੁਣ ਵੀ ਕਵਾਂਗਾ। ਤਾਂ ਇਹ ਮਤਲਬ ਜਿਹੜੀ ਚੀਜ਼ ਹੈ ਕਿ ਉਹਨਾਂ ਦੀ ਪੋਲਿਸੀ ਹੈ ਕਿ ਡਿਵਾਈਡ ਐਂਡ ਰੂਲ ਦੀ ਜਿਹੜੀ ਪੋਲਿਸੀ ਹੈ। ਤਾਂ ਜਿਹੜੇ ਚੀਨ ਨਾਲ ਵੀ ਜਿਹੜਾ ਹਿੰਦੁਸਤਾਨ ਦਾ ਵੀ ਜਿਹੜਾ ਟਕਰਾਅ ਹੈ, ਕਿਉਂਕਿ ਬਹੁਤ ਥੋੜਾ ਹਾਲ ਦੀ ਘੜੀ ਸਾਡੀ ਐਕਸਪੋਰਟ ਹੈ, ਜਿਵੇਂ ਤੁਸੀਂ ਕਿਹਾ ਕਿ ਚੀਨ ਨਾਲ ਸਾਡਾ ਕੋਈ ਬੁਨਿਆਦੀ ਟਕਰਾਅ ਹੈ ਨਹੀਂ। ਕੋਈ ਜਿਵੇਂ ਤੁਸੀਂ ਬਹੁਤ ਵਧੀਆ ਢੰਗ ਨਾਲ ਐਕਸਪਲੇਨ ਕੀਤਾ ਹੈਗਾ ਵੀ ਕਿੱਦਾਂ ਟਕਰਾਅ ਜਿਹੜੇ ਨੇ ਬਿਨਾਂ ਵੀ ਜਾਂ ਕੋਈ ਸਾਡੀ ਕੋਈ ਟਕਰਾਅ ਵਾਲੀ ਅੰਡਰਲਾਈਨ ਕੋਈ ਕਨਫਲਿਕਟ ਹੈ ਨਹੀਂ, ਇਹ ਕਨਫਲਿਕਟ ਕ੍ਰੀਏਟ ਕੀਤਾ ਗਿਆ। ਅਤੇ ਇਹ ਮੈਂ ਤੁਹਾਨੂੰ ਮਤਲਬ ਸ਼ਾਇਦ ਤੁਸੀਂ ਇਹ ਜਿਹੜੀ ਇਹਦੇ ਬਾਰੇ ਬਹੁਤ ਵਧੀਆ ਇੱਕ ਕਿਤਾਬ ਜਿਹੜੀ ਹੈ ਜਿਹੜੀ ਹਿੰਦੁਸਤਾਨ ਅਤੇ ਚੀਨ ਦੀ ਜਿਹੜੀ ਸੰਬੰਧਾਂ ਦੀ ਜੇ ਟਕਰਾਅ ਦੀ ਹੈ ਉਹ ਨੇਵਲ ਮੈਕਸਵੈਲ ਦੀ ਕਿਤਾਬ ਹੈ ਇੰਡੀਆ ਚਾਈਨਾ ਵਾਰ, ਉਹਦੇ ਵਰਗੀ ਕਿਤਾਬ ਸ਼ਾਇਦ ਇਸ ਵਿਸ਼ੇ ਤੇ ਨਹੀਂ ਕੋਈ ਪੁਸਤਕ ਜਿਹੜੀ। ਤੋ ਉਹਦੇ ਵਿੱਚ ਨੇਵਲ ਮੈਕਸਵੈਲ ਜਿਹੜਾ ਹੈਗਾ ਉਹ ਬਿਲਕੁਲ ਜਿਹੜੀ ਇਹ ਗੱਲ ਸਪਸ਼ਟ ਕਰ ਦਿੰਦਾ ਵੀ ਜਿਹੜਾ ਹਿੰਦੁਸਤਾਨ ਅਤੇ ਚੀਨ ਦੀ ਜਿਹੜੀ ਲੜਾਈ ਹੈ ਇਹ ਅਮਰੀਕਾ ਨੇ ਹੀ ਕਰਾਈ, ਇਹ ਅਮਰੀਕਾ ਦੀ ਨੀਤੀ ਕਰਕੇ ਹੋਈ ਹੈ। ਤੋ ਇਸ ਕਰਕੇ ਜਿਹੜਾ ਤੁਸੀਂ ਕਹਿੰਦੇ ਕਿਉਂ ਟਕਰਾਅ ਹੋ ਰਿਹਾ ਚੀਨ ਅਤੇ ਜਿਹੜਾ ਭਾਰਤ ਦਾ, ਤੋ ਇਹ ਉਹਦੇ ਪਿੱਛੇ ਜਿਹੜੀ ਹੈ ਇਹ ਅਮਰੀਕਾ ਹੀ ਖੜਾ ਹੈਗਾ ਟਕਰਾਅ ਦਾ। ਤੋ ਉਹ ਉਹਨਾਂ ਦੀ ਜਿਹੜੀ ਜੋ ਨੀਤੀ ਬ੍ਰਿਟਿਸ਼ ਦੀ ਸੀਗੀ ਉਹੀ ਅਮਰੀਕਾ ਅੱਗੇ ਵਧਾ ਰਿਹਾ ਵੀ ਉਹਨਾਂ ਨੂੰ ਲੱਗਦਾ ਕਿ ਜੇ ਉਹਨਾਂ ਨੂੰ ਵੀ ਲੱਗਦਾ ਹੈ ਵੀ ਜੇ ਜੇ ਪੂਰਬ ਪੂਰਾ ਹੋ ਜਾਂਦਾ, ਜੇ ਹਿੰਦੁਸਤਾਨ ਚੀਨ ਦਾ ਟਕਰਾਅ ਨਹੀਂ ਹੁੰਦਾ ਤੇ ਰੂਸ ਚੀਨ ਤੇ ਮਤਲਬ ਭਾਰਤ ਤਿੰਨੇ ਪੂਰਬ ਦੇ ਜਿਹੜੇ ਵੱਡੇ ਦੇਸ਼ ਨੇ ਇਹ ਇਹਨਾਂ ਦੀ ਕੋਈ ਆਪਸ 'ਚ ਸਮਝੌਤਾ ਹੋ ਜਾਂਦਾ ਜਾਂ ਇਕੱਠੇ ਹੋ ਜਾਂਦੇ ਨੇ ਫਿਰ ਮਤਲਬ ਦੁਨੀਆਂ ਦੇ ਪੱਛਮ ਦੀ ਜਿਹੜੀ ਹੈ ਡੋਮੀਨੇਸ਼ਨ ਰਹਿ ਹੀ ਨਹੀਂ ਸਕਦੀ, ਫਿਰ ਤੋਂ ਮਤਲਬ ਖਤਮ ਹੈ ਕਹਾਣੀ ਉਹਨਾਂ ਦੀ। ਔਰ ਹੋਣਾ ਤਾਂ ਇੱਦਾਂ ਹੀ ਹੈ ਅਖੀਰ ਦੇ ਵਿੱਚ, ਮੈਂ ਹਾਲੇ ਵੀ ਸੋਚਦਾ ਕਿ ਜੇ ਤੁਸੀਂ ਮੈਨੂੰ ਇਹ ਸਵਾਲ ਰੂਪ ਕਈ ਰੂਪ 'ਚ ਕੀਤਾ ਵੀ ਆਖਿਰ ਕੀ ਬਣੇਗਾ, ਤਾਂ ਮੈਨੂੰ ਲੱਗਦਾ ਕਿ ਜਿਹੜੀਆਂ ਜਾਂ ਤੁਸੀਂ ਇਹ ਕਿਹਾ ਵੀ ਆਖਿਰ ਇਹਨਾਂ ਸਮੱਸਿਆਵਾਂ ਦਾ ਹੱਲ ਕਿੱਦਾਂ ਨਿਕਲੇਗਾ, ਤਾਂ ਮੈਨੂੰ ਇਹ ਲੱਗਦਾ ਕਿ ਪੂਰਬ ਦਾ ਜਿਹੜਾ ਹੈਗਾ ਇਕੱਠਾ ਹੋਣਾ ਇਹੀ ਜਿਹੜਾ ਕਿ ਭਾਵੇਂ ਸੰਸਾਰ ਨੂੰ ਜਾਂ ਭਾਵੇਂ ਮਨੁੱਖ ਨੂੰ ਦਰਪੇਸ਼ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਜਿਹੜਾ ਹੱਲ ਇੱਥੋਂ ਹੀ ਨਿਕਲਣਾ, ਇੰਟੈਗਰੇਟਡ ਜਦੋਂ ਪੂਰਬ ਹੋ ਜਾਏਗਾ। ਮੈਂ ਕਹਿੰਦਾ ਵੀ ਇੰਟੈਗਰੇਟਡ ਹੋਣ ਦੀ ਤਾਂ ਬਹੁਤ ਜ਼ਰੂਰਤ ਹੈਗੀ ਆ, ਖਾਸ ਕਰਕੇ ਜਿਵੇਂ ਇੱਕ ਹੋਰ ਦੇਸ਼ ਨੂੰ ਵੀ ਆਪਾਂ ਛੱਡ ਰਹੇ ਹਾਂ ਕਿ ਜਪਾਨ ਪਹਿਲਾਂ ਤੋਂ ਹੀ ਜਿਹੜੀ ਟੈਕਨੋਲੋਜੀ ਆ ਖਾਸ ਕਰਕੇ ਮਾਈਕਰੋ ਟੈਕਨੋਲੋਜੀ ਅਤੇ ਨੈਨੋ ਟੈਕਨੋਲੋਜੀ 'ਚ ਬਹੁਤ ਮਾਹਰ ਹੈ, ਹਾਲਾਂਕਿ ਉਹਦਾ ਵੀ ਚੀਨ ਨਾਲ ਟਕਰਾਓ ਥੋੜ੍ਹਾ ਬਹੁਤਾ ਰਿਹਾ ਇਤਿਹਾਸ ਦੇ ਵਿੱਚ ਵੀ ਅਤੇ ਅੱਜ ਵੀ, ਪਰ ਇਹ ਮਿਲਣ ਜਾਂ ਨਾ ਮਿਲਣ। ਇੱਕ ਮੈਂ ਤੁਹਾਡੇ ਤੋਂ ਹੋਰ ਗੱਲ 'ਤੇ ਕਮੈਂਟ ਚਾਹੁੰਦਾ ਸੀ, ਇਹ ਚਾਹੁੰਦਾ ਸੀਗਾ ਕਿ ਮਾਰਕਸਿਜ਼ਮ ਦਾ ਜਿਹੜਾ ਮਾਰਕਸਿਜ਼ਮ ਦੇ ਉੱਤੇ ਚੱਲ ਕੇ ਜਿਹੜੇ ਲੋਕਾਂ ਨੇ ਰਾਜ ਬਣਾਇਆ ਉਹ ਰਾਜ ਇਸ ਵੇਲੇ ਮੇਰਾ ਖਿਆਲ ਆ ਕਿ ਆਪਾਂ ਕਿਊਬਾ ਨੂੰ ਕਹਿ ਸਕਦੇ ਹਾਂ ਅਤੇ ਬਾਕੀ ਦੇਸ਼ਾਂ ਦੇ ਵਿੱਚ ਉਸ ਰੂਪ ਦੇ ਵਿੱਚ ਨਹੀਂ ਆ, ਢਹਿ ਢੇਰੀ ਹੋ ਗਿਆ ਜਿਹਨੂੰ ਕਹਿੰਦੇ ਆ ਕਿ ਮਾਰਕਸਿਜ਼ਮ ਹਾਰ ਗਿਆ, ਜਿਹਨੂੰ ਕਹਿ ਦਿੰਦੇ ਕਿ ਮਾਰਕਸਿਜ਼ਮ ਹਾਰ ਗਿਆ ਜੋ ਕਿ ਸ਼ਬਦ ਵਰਤਿਆ ਜਾਂਦਾ ਜਾਂ ਮਾਰਕਸਿਜ਼ਮ ਢਹਿ ਢੇਰੀ ਹੋ ਗਿਆ। ਉਸ ਸਥਿਤੀ ਦੇ ਵਿੱਚ ਡੈਮੋਕ੍ਰੇਸੀ ਆ ਜਿਹੜੀ ਉਹਨੂੰ ਪ੍ਰਫੁੱਲਤ ਹੋਣਾ ਚਾਹੀਦਾ ਸੀ, ਪਰ ਇਨਪ੍ਰੈਕਟੀਕਲ ਜਿਹੜੀ ਡੈਮੋਕ੍ਰੇਸੀ ਆ ਜਿਹੜੀ ਉਹ ਇੱਕ ਅਜੀਬ ਰੂਪ ਅਖਤਿਆਰ ਕਰ ਗਈ। ਉਹਦਾ ਰੂਪ ਅਸੀਂ ਦੇਖਿਆ ਕਿ ਪੂਤਨ ਇੱਕ ਵਾਰ ਬਣ ਗਿਆ, ਉਦੋਂ ਬਾਅਦ ਉਹ ਲਗਾਤਾਰ ਚੱਲ ਰਿਹਾ, ਲੱਗਦਾ ਇਹ ਰਿਹਾ ਕਿ ਵੀ ਉਹ ਡੈਮੋਕ੍ਰੇਸੀ ਆ, ਪਰ ਲੱਗਦਾ ਕਿ ਉਹਦਾ ਜਿਹੜੇ ਕਾਰਵਿਆਰ ਉਹ ਡੈਮੋਕ੍ਰੈਟਿਕ ਨਹੀਂ ਹੈ। ਮੋਦੀ ਸਾਹਿਬ ਲੱਗਦਾ ਕਿ ਡੈਮੋਕ੍ਰੇਸੀ ਨਾਲ ਆਏ ਵਾਰੀ ਚੁਣੇ ਜਾਂਦੇ ਆ, ਪਰ ਜਿਹੜਾ ਕੰਮਕਾਰ ਆ ਉਹ ਡੈਮੋਕ੍ਰੈਟਿਕ ਨਹੀਂ ਆ, ਜਿਹਨੂੰ ਕਹਿੰਦੇ ਆ ਕਿ ਮੈਜੋਰਟੀਜ਼ਮ ਚੱਲ ਪੈਂਦਾ ਕਿ ਬਹੁ ਗਣਤੀਵਾਦ ਜਾਂ ਬਹੁ ਗਣਤੀ ਦੀ ਧੌਂਸ ਚੱਲਣੀ ਸ਼ੁਰੂ ਹੋ ਜਾਂਦੀ ਹੈ। ਇਹੀ ਗੱਲ ਆ ਜਿਹੜੀ ਐਂ ਸੀ ਵੀ ਇੱਥੇ ਕੁਛ ਹੋ ਜਾਵੇ, ਪਰ ਜਿਹੜਾ ਜਿਹਨੂੰ ਕਹਿ ਸਕਦੇ ਹਾਂ ਕਿ
ਦੁਨੀਆ ਭਰ ਦੇ ਵਿੱਚ ਵੀ ਯੂਰਪ ਨੂੰ ਜੇ ਅਸੀਂ ਮਾਡਲ ਮੰਨੀਏ ਤਾਂ ਵੀ ਯੂਰਪ 'ਚ ਡੈਮੋਕ੍ਰੇਸੀ ਬਹੁਤ ਵਧੀਆ ਚੱਲ ਰਹੀ ਹੈ। ਤਾਂ ਲੱਗਿਆ ਹੈ ਕਿ ਯੂਰਪ ਦੇ ਵਿੱਚ ਜਿਸ ਤਰ੍ਹਾਂ ਦੇ ਦੰਗੇ ਭੜਕਦੇ ਆ, ਚਾਹੇ ਫਰਾਂਸ ਦੇ ਵਿੱਚ ਭੜਕੇ, ਚਾਹੇ ਇੰਗਲੈਂਡ ਦੇ ਵਿੱਚ ਹੁਣ ਭੜਕੇ, ਟਰੰਪ ਪਿਛਲੀ ਵਾਰੀ ਜਿਵੇਂ ਡੈਮੋਕ੍ਰੇਸੀ ਸਭ ਤੋਂ ਵੱਡੀ ਡੈਮੋਕ੍ਰੇਸੀ ਤੇ ਉਹ ਬੰਦਾ ਵਾਈਟ ਹਾਊਸ ਛੱਡਣੋਂ ਇਨਕਾਰੀ ਹੋ ਗਿਆ ਕਿ ਮੈਂ ਨਹੀਂ ਛੱਡਦਾ। ਮੈਂ ਇਹ ਸਮਝਦਾ ਕਿ ਇਹ ਕਿਸ ਕਿਸਮ ਦਾ ਰੁਝਾਨ ਹੈ ਕਿ ਜਿਹੜੀ ਤਾਨਾਸ਼ਾਹੀ ਆ, ਡਿਕਟੇਟਰਸ਼ਿਪ ਆ, ਫਾਸਿਜ਼ਮ ਆ, ਮਾਰਕਸਿਜ਼ਮ ਤਾਂ ਪਾਸੇ ਹੋ ਗਿਆ, ਡੈਮੋਕ੍ਰੇਸੀ ਨੂੰ ਹੋਰ ਡਿਵੈਲਪ ਹੋਣਾ ਚਾਹੀਦਾ ਸੀਗਾ, ਉਹਦੀ ਸਮਾਂ ਕਾਊਂਟਰ ਪਾਰਟ ਆ ਜਿਹੜਾ ਫਾਸਿਜ਼ਮ ਆ ਰਿਹਾ। ਹਾਂਜੀ, ਮੈਂ ਇੱਕ ਤਾਂ ਮੈਂ ਤਾਂ ਇੱਕ ਜਿਹੜੀ ਗੱਲ ਨਾ, ਮੇਰੀ ਇਹ ਧਾਰਨਾ ਹੈਗੀ ਕਿ ਮਾਰਕਸਿਜ਼ਮ ਹਾਰਿਆ ਨਹੀਂ, ਫਿਲੋਸਫੀ ਮਤਲਬ ਜਿਹੜੀ ਗੱਲ ਸੀਗੀ ਕਿ ਮਾਰਕਸਿਜ਼ਮ ਦੀ ਜਿਹੜੀ ਇੰਪਲੀਮੈਂਟੇਸ਼ਨ ਸੀ ਪੋਲੀਟੀਕਲ ਲੈਵਲ ਤੇ ਉੱਥੇ ਕੁੱਟ ਪਈ ਹੈ, ਲੇਕਿਨ ਜਿਹੜਾ ਅੰਡਰਲਾਈਨ ਜਿਹੜੀ ਮਾਰਕਸ ਦੀਆਂ ਫਿਲਾਸਫੀਕਲ ਫਾਰਮੂਲੇਸ਼ਨਸ ਨੇ ਉਹ ਬਿਲਕੁਲ ਮਤਲਬ ਅੱਜ ਦੇ ਵੀ ਪੂਰੀਆਂ ਉਤਰਦੀਆਂ ਨੇ। ਕਿ ਮਤਲਬ ਜਿਹੜੀਆਂ ਕਿ ਜਿਹੜੀ ਇਹ ਇਹ ਜਿੱਦਾਂ ਤੁਸੀਂ ਦੱਸਿਆ ਵੀ ਜਿਹੜੀ ਡੈਮੋਕ੍ਰੇਸੀ, ਜਿਹੜੀ ਸੋ ਕਾਲਡ ਅਖੌਤੇ ਜਿਹੜੀ ਡੈਮੋਕ੍ਰੇਸੀ ਆ, ਲੋਕ ਰਾਜ ਆ, ਇਹ ਮਤਲਬ ਉਹਦਾ ਜਲੂਸ ਉਹਦਾ ਵੀ ਪੂਰਾ ਨਿਕਲ ਹੈ। ਜੇ ਮਾਰਕਸ ਆਪਾਂ ਕਹੀਏ, ਜਿਹੜਾ ਮਾਰਕਸਿਜ਼ਮ ਜਿਹਨਾਂ ਨੇ ਕਹਿ ਕੇ ਇੰਪਲੀਮੈਂਟ ਕੀਤਾ ਤੇ ਪੋਲੀਟੀਕਲ ਲੈਵਲ ਤੇ, ਤੇ ਉਹ ਮਤਲਬ ਜਿਹੜਾ ਸਹੀ ਨਹੀਂ ਹੋਇਆ ਤੇ ਉਹ ਵੀ ਮਤਲਬ ਨਹੀਂ ਚੱਲਿਆ। ਦੂਸਰੇ ਪਾਸੇ ਜਿਹੜੀ ਮਤਲਬ ਕੈਪੀਟਲਿਜ਼ਮ ਨੇ ਆਪਣੀ ਡੈਮੋਕ੍ਰੇਸੀ ਦੀ ਗੱਲ ਕੀਤੀ ਹੈ, ਉਹਦਾ ਵੀ ਪੂਰੀ ਤਰ੍ਹਾਂ ਜਲੂਸ ਨਿਕਲ ਰਿਹਾ। ਆਪਾਂ ਹੁਣ ਇੰਗਲੈਂਡ 'ਚ ਵੀ ਦੇਖਿਆ, ਤੁਸੀਂ ਕਿਹਾ ਫਰਾਂਸ 'ਚ ਵੀ ਤੇ ਅਮਰੀਕਾ 'ਚ ਵੀ, ਇਹ ਮਤਲਬ ਇਸ ਕਰਕੇ ਜੇ ਸੰਕਟ ਜਿਹੜੇ ਲੋਕ ਆਪਣੇ ਹੁਣ ਜਿਹੜੀਆਂ ਸਰਕਾਰਾਂ ਮਾਰਕਸਿਸਟ ਕਹਿੰਦੀਆਂ ਸੀਗੀਆਂ ਉਹ ਵੀ ਸੰਕਟ ਗ੍ਰਸਤ ਹੋਈਆਂ। ਤੇ ਹੁਣ ਜਿਹੜੀਆਂ ਇਹ ਆਪਣੇ ਆਪ ਨੂੰ ਜਿਹੜੀਆਂ ਡੈਮੋਕ੍ਰੇਟ ਜਾਂ ਅਸੀਂ ਇਹਨਾਂ ਨੂੰ ਕਹਾਂਗੇ ਕਿ ਪੱਛਮੀ ਸਰਮਾਏਦਾਰ ਜਿਹੜੀਆਂ ਸਰਕਾਰਾਂ ਨੇ, ਇਹ ਵੀ ਹੁਣ ਪੂਰੀ ਤਰ੍ਹਾਂ ਸੰਕਟ ਗ੍ਰਸਤ ਨੇ, ਇਹਨਾਂ ਕੋਲ ਵੀ ਕੋਈ। ਤਾਂ ਆਖਰ ਜਿਹੜਾ ਹੈਗਾ ਜਿਹੜੀ ਇਹਦੇ ਵਿੱਚੋਂ ਸਾਂਝੀ ਗੱਲ ਕਿਹੜੀ ਨਿਕਲਦੀ ਹੈ ਕਿ ਮਤਲਬ ਗੱਲ ਇਹ ਹੈਗੀ ਕਿ ਚਾਹੇ ਮਾਰਕਸਿਜ਼ਮ ਦੀ ਗੱਲ ਹੈ, ਚਾਹੇ ਕੈਪੀਟਲਿਜ਼ਮ ਦੀ ਗੱਲ ਹੈ, ਆਖਰੀ ਗੱਲ ਮੈਨੂੰ ਲੱਗਦਾ ਕਿ ਮਨੁੱਖ ਦੀ ਗੱਲ ਆਉਣੀ ਹੈ, ਮਨੁੱਖੀ ਚੇਤਨਾ ਦੀ ਗੱਲ ਉੱਥੇ ਮੁੱਕਣੀ ਹੈ ਵੀ ਜਿਹੜਾ ਚੇਤਨ ਮਨੁੱਖ ਹੈ ਇਹ ਮਤਲਬ ਜਿਹੜਾ ਮਾਰਕਸ ਵੀ ਇਹੀ ਚਾਹੁੰਦਾ ਕਿ ਮਨੁੱਖ ਚੇਤਨ ਮਨੁੱਖ ਬਣੇ। ਤਾਂ ਹੁਣ ਜੇ ਕਿਦਾਂ ਗਲੋਬਲ ਸਰਕਾਰ ਬਣ ਸਕਦੀ ਹੈ? ਦੇਖੋ ਗੱਲ ਇਹ ਹੈ ਕਿ ਆਪਾਂ ਜੋ ਦੇਖ ਰਹੇ ਆਪਣੀ ਜਿਹੜੀ ਦ੍ਰਿਸ਼ਟੀ ਹੈਗੀ ਹੁਣ ਤੱਕ ਸੀਮਤ ਹੈ ਕਿ ਇੰਟਰਨੈਸ਼ਨਲਿਜ਼ਮ ਦੇ ਵਿੱਚ ਕਿ ਸਾਰੀਆਂ ਕੌਮਾਂ ਬਰਾਬਰ ਨੇ, ਉਹਨਾਂ ਦੇ ਭਾਈਚਾਰੇ ਦੀ ਗੱਲ ਕਰਦਾ ਸੀ। ਜਿਹੜਾ ਕੈਪੀਟਲਿਜ਼ਮ ਆ ਉਹ ਨੈਸ਼ਨਲ ਜਿਹਨੂੰ ਕਹਿ ਸਕਦੇ ਹਾਂ ਬੁਰਜਵਾਜੀ ਦੇ ਨੈਸ਼ਨਲ ਕੈਪੀਟਲਿਜ਼ਮ ਦੀ ਗੱਲ ਕਰਦਾ ਸੀ, ਪਰ ਕਾਰਪੋਰੇਟ ਨੇ ਉਹਨੂੰ ਗਲੋਬਲ ਕਰ ਦਿੱਤਾ। ਹੁਣ ਕੀ ਲੱਗਦਾ ਕਿ ਭਵਿੱਖ ਦੇ ਵਿੱਚ, ਵੈਸੇ ਤਾਂ ਅੱਜ ਵੀ ਕਹਿੰਦੇ ਆ ਕਿ ਜਿਹੜੇ ਫੈਸਲੇ ਆ ਉਹ ਤਾਂ ਇੰਟਰਨੈਸ਼ਨਲ ਲੈਵਲ ਦੀਆਂ ਵੱਡੀਆਂ ਜਿਹੜੀਆਂ ਪੈਸੇ ਵਾਲੀਆਂ ਕੰਪਨੀਆਂ ਜਾਂ ਪੈਸੇ ਵਾਲੇ ਜਿਹੜੇ ਅਦਾਰੇ ਨੇ, ਚਾਹੇ ਵਰਲਡ ਬੈਂਕ ਆ, ਚਾਹੇ ਮੋਨਿਟਰੀ ਫੰਡ ਆ, ਚਾਹੇ ਵੱਡੀਆਂ ਕੰਪਨੀਆਂ ਜਿਵੇਂ ਗੂਗਲ ਆ, ਉਹੀ ਡਿਸਾਈਡ ਕਰ ਰਹੀਆਂ। ਕੀ ਲੱਗਦਾ ਕਿ ਸੱਚਮੁੱਚ ਲੋਕਾਂ ਦੇ ਪੱਧਰ ਤੇ ਵੀ ਇਹਦਾ ਇੱਕ ਡੈਮੋਕ੍ਰੇਟਿਕ ਰੂਪ ਵੀ ਆਊਗਾ? ਦੇਖੋ ਤੁਹਾਡਾ ਜਿਹੜਾ ਸੀ ਮਤਲਬ ਸਵਾਲ ਜਿਹੜਾ ਸੀ ਵੀ ਕੀ ਸੱਚਮੁੱਚ ਇੱਕ ਗਲੋਬਲ ਬੰਦੇ ਜਿਹੜੀ ਥਿੰਕਿੰਗ ਜਾਂ ਗਲੋਬਲ ਥਿੰਕਿੰਗ ਵਾਲੀ ਵੀ ਸਰਕਾਰ ਹੋਣ, ਵਿਸ਼ਵ ਨਾਗਰਿਕ ਬਣ ਸਕਦੇ ਆ? ਉਹਦਾ ਜਿਹੜਾ ਮੈਂ ਇਹਦਾ ਜਵਾਬ ਦੇਣਾ ਚਾਹੁੰਦਾ ਕਿ ਮੈਂ ਕਹਿੰਦਾ ਕਿ ਹਾਂ ਇਹਦਾ ਸੰਭਵ ਹੈ। ਮੈਂ ਕਹਿੰਦਾ ਕਿ ਅਸਲ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਆ ਰਹੀਆਂ, ਚਾਹੇ ਉਹ ਮਾਰਕਸਿਸਟ ਮਾਰਕਸਿਸਟ ਕਹਾਣ ਵਾਲੀ ਸਟੇਟ ਨੂੰ ਆਈਆਂ ਜਾਂ ਹੁਣ ਇਹ ਜਿਹੜੀ ਕੈਪੀਟਲਿਸਟ ਜਿਹੜੀ ਸਟੇਟ ਹੈ ਉਹਨੂੰ ਆ ਰਹੀਆਂ,
ਤੋ ਮੈਨੂੰ ਮੈਨੂੰ ਇਹ ਲੱਗਦਾ ਵੀ ਅਸਲ ਦੇ ਵਿੱਚ ਇਹ ਜਿਹੜੀਆਂ ਸਮੱਸਿਆਵਾਂ ਨੇ ਇਹ ਮਨੁੱਖ ਦੇ ਅਧੂਰੇ ਬਣਦੀਆਂ, ਕਿ ਮਨੁੱਖ ਜਿਹੜੇ ਨੇ ਉਹ ਮਤਲਬ ਪੂਰੀ ਤਰ੍ਹਾਂ ਚੇਤੰਨ ਮਨੁੱਖ ਬਣ ਨਹੀਂ ਸਕੇ। ਇਹ ਆਪਾਂ ਇਹ ਸੋਚਦੇ ਕਿ ਆਪਾਂ ਕਹਿੰਦੇ ਕੀ ਮਨੁੱਖ ਚੇਤੰਨ ਬਣ ਸਕਦਾ, ਸਵਾਲ ਇਹ ਤੁਹਾਡਾ ਗੱਲ ਜਦੋਂ ਜੇ ਮਨੁੱਖ ਚੇਤੰਨ ਮਨੁੱਖ ਬਣ ਜਾਏ ਫਿਰ ਉਹਦੀ ਜਿਹੜੀ ਜਿਹੜੀ ਉਹ ਸਰਵ ਵਿਆਪਕ ਪੁੱਛਣੀ ਚਾਹੁੰਦਾ ਹੈ ਕਿ ਚੇਤਨ ਬਣਨ ਲਈ ਹਾਂਜੀ ਕੀ ਪੜ੍ਹਾਈ ਲਿਖਾਈ ਜ਼ਰੂਰੀ ਹੈ ਇੱਕ ਗੱਲ, ਕਿਉਂਕਿ ਇਹ ਕਿਹਾ ਜਾਂਦਾ ਹੈਗਾ ਕਿ ਜਰਮਨ ਦੇ ਵਿੱਚ ਦੁਨੀਆਂ ਭਰ ਦੇ ਜਿਹੜੇ ਵਿਗਿਆਨੀ ਆ ਉਹ ਇਕੱਠੇ ਹੋਏ ਤੇ ਬਣਾਇਆ ਕੀ, ਬਣਾਏ ਗੈਸ ਚੈਂਬਰ, ਲੋਕਾਂ ਨੂੰ ਮਾਰਨ ਦੇ ਤਰੀਕੇ ਬਣਾਏ। ਪੜ੍ਹਾਈ ਲਿਖਾਈ ਜਾਂ ਵਿਗਿਆਨ ਚੇਤਨ ਕਰ ਸਕਦਾ ਹੈ? ਅਧਿਆਤਮਕ ਕੀ? ਅਧਿਆਤਮਕ ਸਿਰਫ ਸੋਚ ਅੰਦਰ ਧੂਣੀ ਤਾਪ ਕੇ ਬਹਿ ਜਾਣਾ ਜਾਂ ਦਿਨ ਰਾਤ ਕਿਸੇ ਖਾਸ ਨਾਂ ਦਾ ਸਿਮਰਨ ਕਰਦੇ ਰਹਿਣਾ, ਇਉਂ ਹੋ ਸਕਦਾ? ਉਹਦੇ ਵਿੱਚ ਵੀ ਅਸੀਂ ਵੇਖਿਆ ਕਿ ਬਈ ਬੰਦੇ ਆ ਜਿਹੜੇ ਉਹ ਅਪਰਾਧੀ ਬਲਾਤਕਾਰੀ ਪੈਦਾ ਹੋ ਰਹੇ ਆ। ਫਿਰ ਇਹ ਚੇਤਨ ਹੋਣ ਦਾ ਪ੍ਰੋਸੈਸ ਕੀ ਹੈ, ਪ੍ਰਕਿਰਿਆ ਕੀ ਹੈ ਕਿ ਜਿਹਦੇ ਨਾਲ ਬੰਦਾ ਚੇਤਨ ਹੋ? ਦੇਖੋ ਗੱਲ ਹੈਗੀ ਚੇਤਨ ਜਿਹੜਾ ਮੈਨੂੰ ਇਹ ਲੱਗਦਾ ਕਿ ਜਿਹੜਾ ਮਨੁੱਖ ਦਾ ਜਿਹੜਾ ਸਫ਼ਰ ਹੈ ਉਹ ਮਤਲਬ ਜਿਹੜਾ ਇਨਵਰਡ ਜਰਨੀ ਹੈ ਨਾ, ਜਿਹੜੀ ਆਪਣੇ ਆਪ ਨੂੰ ਜਿਹੜਾ ਆਤਮ ਚਿੰਨਣਾ, ਆਪਣੇ ਆਪ ਨੂੰ ਜਦੋਂ ਮਨੁੱਖ ਸਮਝ ਆਪਣੀ ਅਸਲੀਅਤ ਨੂੰ ਸਮਝ ਜਾਏ, ਵਿਅਕਤੀਗਤ ਵਾਲਾ ਜਾਂ ਸਮੂਹਕ ਇੰਡੀਵਿਜੁਅਲ ਆ ਜਾਂ ਕਲੈਕਟਿਵ, ਇਹ ਦੋਨੋਂ ਇਕੱਠੇ ਚੱਲਣਗੇ। ਕਿਉਂਕਿ ਜੇ ਆਪਾਂ ਤਾਂ ਜਿਹੜਾ ਉਦਾਹਰਨ ਲੈਂਦੇ ਹਾਂ ਕਿ ਇਸ ਵਿਸ਼ੇ ਤੇ ਜਿਹੜਾ ਇਹ ਸਭ ਤੋਂ ਜ਼ਿਆਦਾ ਜੇ ਚੇਤੰਨ ਮਨੁੱਖ ਕਿਸ ਤਰ੍ਹਾਂ ਹੋਵੇ, ਤੇ ਜੇ ਫਲਸਫਾ ਇਹਦੇ ਤੇ ਹੈ ਤਾਂ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਹੈ, ਤਾਂ ਉਹਦੇ ਵਿੱਚ ਦੋਨਾਂ ਦਾ ਜਿਹੜਾ ਦੱਸਿਆ ਕਿ ਸੰਗਤ ਦੀ ਵੀ ਜਿਹੜੀ ਹੈ ਕਿ ਬੰਦੇ ਦਾ ਜਿਹੜਾ ਸਮਾਜਿਕ ਸੋਸ਼ਲ ਇੰਟਰਐਕਸ਼ਨ ਹੈ ਜਿਹੜਾ ਉਹ ਵੀ ਜ਼ਰੂਰੀ ਹੈ, ਤੇ ਲੇਕਿਨ ਮਨੁੱਖ ਦੀ ਜਿਹੜੀ ਇਨਵਰਡ ਜਰਨੀ ਆਪਣੇ ਆਪ ਨੂੰ ਜਿਹੜਾ ਸਮਝਣਾ ਜਿਹੜਾ, ਔਰ ਬਲਕਿ ਗੁਰਬਾਣੀ ਦੇ ਵਿੱਚ ਦੋਨੋਂ ਚੀਜ਼ਾਂ ਜਿਹੜੀਆਂ ਇਕੱਠੀਆਂ ਚੱਲਦੀਆਂ ਕਿ ਮਨੁੱਖ ਦਾ ਜਿਹੜਾ ਬਾਹਰਲਾ ਸਫ਼ਰ ਔਰ ਅੰਦਰਲਾ ਸਫ਼ਰ। ਹੁਣ ਗੱਲ ਇਹ ਹੈਗੀ ਹੈ ਕਿ ਜਿਹੜਾ ਕੈਪੀਟਲਿਜ਼ਮ ਦੇ ਵਿੱਚ ਔਰ ਮਾਰਕਸਿਜ਼ਮ ਦੇ ਵਿੱਚ ਜਿਹੜੀ ਕਮੀ ਰਹਿ ਗਈ ਹੈ ਕਿ ਅਸੀਂ ਇੱਕ ਸਫ਼ਰ ਹੀ ਮੰਨਿਆ ਕਿ ਮਨੁੱਖ ਦਾ ਜਿਹੜਾ ਬਾਹਰਲਾ ਸਫ਼ਰ ਹੈ, ਬਾਹਰਲੀ ਸੱਚਾਈ ਨੂੰ ਸਮਝਣ ਦਾ ਜਿਹੜਾ ਸਫ਼ਰ ਹੈ, ਲੇਕਿਨ ਉਹਦੇ ਵਿੱਚੋਂ ਜਿਹੜੀ ਅਸੀਂ ਚੀਜ਼ ਮਿਸਿੰਗ ਹੋ ਗਈ ਹੈ, ਜਿਹੜਾ ਮੁਕੰਮਲ ਜਿਹੜਾ ਮਨੁੱਖ ਹੈ ਉਹ ਬਾਹਰ ਦਾ ਔਰ ਅੰਦਰ ਦਾ ਗਿਆਨ ਜਿਹੜਾ ਆਪਣਾ ਆਪਣੇ ਆਪ ਨੂੰ ਸਮਝਣਾ ਹੈ ਨਾ। ਇੱਕ ਨਾ ਜੀ ਤੁਸੀਂ ਦੁਨੀਆਂ ਦਾ ਭਵਿੱਖ ਬਹੁਤ ਹੀ ਦੂਰ ਨਹੀਂ, ਦਸਾਂ ਕੁ ਸਾਲਾਂ ਬਾਅਦ ਕਿਵੇਂ ਕਲਪਦੇ ਹਾਂ ਕਿ ਵਿਦ ਇਨ 10 ਈਅਰ, ਖਾਸ ਕਰਕੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਆ ਜਾਣ ਤੋਂ ਬਾਅਦ, ਹੁਣ ਇਸ ਸਾਲ ਆ ਜਿਹੜੀਆਂ ਭਾਰਤ 'ਚ ਚੋਣਾਂ ਹੋ ਗਈਆਂ, ਬ੍ਰਿਟੇਨ 'ਚ ਚੋਣਾਂ ਹੋ ਗਈਆਂ, ਕੈਨੇਡਾ ਅਤੇ ਅਮੈਰੀਕਾ 'ਚ ਚੋਣਾਂ ਹੋ ਜਾਣੀਆਂ, ਉਸ ਹਾਲਤ ਦੇ ਵਿੱਚ ਆਉਣ ਵਾਲੇ ਦਸਾਂ ਸਾਲਾਂ ਦੇ ਵਿੱਚ ਤੁਸੀਂ ਇਸੇ ਤਰ੍ਹਾਂ ਹੀ ਸੰਸਾਰ ਚੱਲਦਾ ਦੇਖ ਰਹੇ ਹਾਂ ਜਾਂ ਤੁਹਾਨੂੰ ਲੱਗਦਾ ਕਿ ਵੱਡੀਆਂ ਤਬਦੀਲੀਆਂ ਜਿਹੜੀਆਂ ਉਹ ਅੱਗੇ ਖੜੀਆਂ? ਮੈਨੂੰ ਲੱਗਦਾ ਕਿ ਬਹੁਤ ਵੱਡੀਆਂ ਤਬਦੀਲੀਆਂ ਆਉਣੀਆਂ 10 ਸਾਲਾਂ ਦੇ ਵਿੱਚ। ਜਿਹੜੀ ਮੁੱਖ ਤਬਦੀਲੀ ਜਿਹੜੀ ਹੈ ਜੀ ਮੈਨੂੰ ਨਜ਼ਰ ਆ ਰਹੀ ਕਿ ਜਿਹੜਾ ਪੱਛਮ ਦਾ ਜਿਹੜਾ 2 ਸਦੀਆਂ ਤੋਂ ਗਲਬਾ ਹੈਗਾ ਉਹ ਨਹੀਂ ਰਹਿਣਾ 10 ਸਾਲਾਂ, ਬਹੁਤ ਜ਼ਿਆਦਾ ਕਹਿੰਦੇ ਆ ਕਿ ਮਾਰਕ ਜ਼ੁਕਰਬਰਗ ਵਰਗੇ ਆ ਜਿਹੜੇ ਜਿਹੜੇ ਗੂਗਲ ਹੋ ਗਈ ਇਹ ਇਹ ਅਮੈਰੀਕਾ 'ਚ ਬੈਠੇ ਨੇ, ਜ਼ਿਆਦਾ ਵਾਈਟ ਅਤੇ ਜ਼ਿਆਦਾ ਸਾਈ ਨੇ ਅਤੇ ਦੁਨੀਆ ਤਾਂ ਉਹਨਾਂ ਨੇ ਲਗਭਗ ਕਾਬੂ ਕਰ ਲਈ। ਉਹ ਕਹਿੰਦੇ ਨਹੀਂ, ਮੈਨੂੰ ਇਹ ਲੱਗਦਾ ਕਿ ਇਹ ਜਿਹੜਾ ਬਿਲਕੁਲ ਜਿਹੜੀ ਹੈ ਕਿ ਮਤਲਬ ਜਿਹੜੀ ਕਿ ਸਗੋਂ ਅਮਰੀਕਾ ਦੇ ਵਿੱਚ ਵੀ ਪੱਛਮ 'ਚ ਵੀ ਬੜੇ ਲੋਕ ਨੇ ਜਿਹੜੇ ਹੁਣ ਇਸ ਵੇਲੇ ਅਮੈਰੀਕਾ ਦੀ ਜਿਹੜੀ ਸਥਿਤੀ ਉਸ ਨੂੰ ਜਿਹੜੀ ਰੋਮਨ ਸਿਵਿਲਾਈਜੇਸ਼ਨ ਜਦੋਂ ਸੀ ਜਦੋਂ ਉਹਦਾ ਐਂਡ ਹੋ ਰਿਹਾ ਸੀਗਾ ਉਹਦੇ ਨਾਲ ਤੁਲਨਾ ਕਰ ਰਹੇ ਨੇ, ਉਹ ਉਹਨਾਂ ਨੂੰ ਉੱਦਾਂ ਦਾ ਨਜ਼ਰ ਆ ਰਿਹਾ ਪੀਰੀਅਡ
ਕਿ ਜਦੋਂ ਰੋਮਨ ਅੰਪਾਇਰ ਆਪਣੇ ਖਾਤਮੇ ਦੇ ਨੇੜੇ ਪਹੁੰਚੇ ਹੋਏ ਸੀ। ਦੇਖਣ ਨੂੰ ਯਾਨੀ ਕਿ ਸਭ ਤੋਂ ਵਿਰਾਟ ਪਰ ਅੰਦਰੋਂ ਬਿਲਕੁਲ ਖੋਖਲੀ। ਇਹ ਮੈਨੂੰ ਬਿਲਕੁਲ ਅਮਰੀਕਾ ਦੀ ਸੱਚਾਈ ਇਹ ਨਜ਼ਰ ਆ ਰਹੀ ਹੈ। ਜਿੱਦਾਂ ਤੁਸੀਂ 10 ਸਾਲ ਦਾ ਪੁੱਛਿਆ, ਤੋ 10 ਸਾਲਾਂ 'ਚ ਤਾਂ ਬਹੁਤ ਜ਼ਿਆਦਾ ਸੰਭਾਵਨਾ ਹੈਗੀ ਹੈ ਕਿ ਜਿਹੜੇ ਅਮਰੀਕਾ ਦਾ ਜਾਂ ਪੱਛਮੀ ਜਿਹੜੀ ਸਰਮਾਏਦਾਰੀ ਜਿਹੜੀ ਆ ਟੈ ਟੇਰੀ ਹੋਣ ਵਾਲੀ ਹੈ, ਮੈਨੂੰ ਇਹ ਲੱਗ ਰਿਹਾ। ਜਦੋਂ ਅਸੀਂ ਪੱਛਮੀ ਸਰਮਾਏਦਾਰੀ, ਮੈਂ ਥੋੜ੍ਹਾ ਜਿਹਾ ਬਸ ਲਾਸਟ ਇਹ ਸੈਗਮੈਂਟ 'ਚ ਆਪਾਂ ਇੰਨੀ ਗੱਲ ਹੀ ਕਰਨੀ ਚਾਹੁੰਦੇ, ਜਦੋਂ ਤੁਸੀਂ ਪੱਛਮੀ ਸਰਮਾਏਦਾਰੀ ਕਹਿੰਦੇ ਹੈ, ਇਹਦੇ ਲਈ ਮੁੱਖ ਤੌਰ 'ਤੇ ਤੁਸੀਂ ਜਿਹੜੇ 5 ਆਈਜ਼ ਨੇ ਜਾਂ ਪੁਰਾਣੇ 5 ਦੇਸ਼ ਨੇ ਕਿ ਜਿਹੜੇ ਅੰਗਰੇਜ਼ੀ ਬੋਲਦੇ ਨੇ, ਦੁਨੀਆਂ ਦੇ ਵੱਡੇ ਹਿੱਸੇ 'ਤੇ ਕਾਬੂ ਨੇ, ਵਾਈਟ ਨੇ, ਮੇਲ ਡੋਮੀਨੇਟਡ ਨੇ, ਈਸਾਈ ਨੇ, ਅਮੈਰੀਕਾ, ਕੈਨੇਡਾ, ਇੰਗਲੈਂਡ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ, ਇੱਕ ਤਰ੍ਹਾਂ ਨਾਲ ਉਹਨਾਂ ਨੇ ਦੁਨੀਆ ਘੇਰੀ ਘੇਰੀ ਚਾਰੇ ਪਾਸੇ, ਠੀਕ ਹੈ। ਯੂਰਪ ਆ ਜਿਹੜਾ, ਮੈਨੂੰ ਇਹ ਲੱਗਦਾ ਕਿ ਯੂਰਪ ਦੇ ਵਿੱਚ ਤੁਹਾਨੂੰ ਕੋਈ ਪੋਟੈਂਸ਼ੀਅਲ ਨਹੀਂ ਲੱਗ ਰਿਹਾ, ਕਿਉਂਕਿ ਯੂਰਪ, ਸਾਰਾ ਯੂਰਪ ਇੱਕ ਰੰਗਾ ਨਹੀਂ ਆ, ਨਾ ਲੈਂਗੁਏਜ ਦੇ ਲੈਵਲ ਤੇ, ਨਾ ਫਿਲੋਸਫੀ ਦੇ ਲੈਵਲ ਤੇ। ਵੈਸੇ ਵੀ ਕਿ ਉੱਥੇ ਜਿਹੜੇ ਬੰਦੇ ਇਸ ਯੂਰਪ ਦੇ ਅਮੈਰੀਕਾ, ਕੈਨੇਡਾ ਜਾਂ ਇੰਗਲੈਂਡ 'ਚ ਗਏ ਹੋਏ ਆ, ਉਹ ਵੀ ਆਪਦੀਆਂ ਸੋਚਾਂ ਨਾਲ ਲੈ ਕੇ ਗਏ ਹੋਏ ਆ। ਤੁਹਾਨੂੰ ਲੱਗਦਾ ਹੈ ਕਿ ਚਾਹੇ ਉਹ ਅੱਡ ਅੱਡ ਦੇਸ਼ਾਂ 'ਚ ਬੈਠੇ ਨੇ, ਪਰ ਉਹਨਾਂ ਦੇ ਵਿੱਚ ਕੋਈ ਪੱਛਮ ਦੇ ਜਿਹੜੇ ਬੰਦੇ ਆ ਉਹਨਾਂ ਵਿੱਚ ਵੀ ਕੋਈ ਗੁੱਡਮੈਨ ਹੋ ਸਕਦਾ ਕਿ ਨਹੀਂ? ਦੇਖੋ ਜਿਹੜਾ ਮੈਨੂੰ ਇਹ ਲੱਗਦਾ ਕਿ ਜਿਵੇਂ ਤੁਸੀਂ ਆ 5 ਦੇਸ਼ ਕਹੇ ਆ ਇੰਗਲਿਸ਼ ਸਪੀਕਿੰਗ ਜਿਹੜੇ, ਲੇਕਿਨ ਜਿਹੜਾ ਬਾਕੀ ਦਾ ਯੂਰਪ ਹੈ, ਜੇ ਇੱਕ ਸੰਭਾਵਨਾ ਇਹ ਹੋ ਸਕਦੀ ਹੈ ਕਿ ਯੂਰਪ ਜਿਹੜਾ ਹੈਗਾ ਉਹ ਇਹਨਾਂ ਨਾਲੋਂ ਟੁੱਟ ਜਾਏ, ਬਾਕੀ ਦਾ ਜਿਹੜਾ ਬ੍ਰੈਗਜ਼ਿਟ ਨੇ ਤਾਂ ਤੋੜ ਹੀ ਦਿੱਤਾ ਹੁਣ, ਯਾਨੀ ਕੋਈ ਵੀ ਕਿਹਾ ਜਾ ਸਕਦਾ ਕਿ ਯੂਕਰੇਨ ਦੇ ਮਾਮਲੇ 'ਚ ਵੀ ਉਹ ਉਵੇਂ ਸਹਿਮਤ ਨਹੀਂ ਆ, ਇਜ਼ਰਾਈਲ ਦੇ ਮਾਮਲੇ 'ਚ ਵੀ ਉਦਾਂ ਸਹਿਮਤ ਨਹੀਂ। ਇਹ ਵੀ ਦੇਖੋ ਨਾ, ਬੜਾ ਵੱਡਾ ਫਰਕ ਹੈ ਕਿ ਇਜ਼ਰਾਈਲ ਦੇ ਮਾਮਲੇ, ਜਿੱਦਾਂ ਇਹ ਜਿਹੜੇ ਮੁਲਕ ਨੇ ਜਾਂ ਅਮਰੀਕਾ, ਇਹ ਅਮਰੀਕਾ ਦਾ ਗਰੁੱਪ ਹੈ ਜਿਹੜਾ ਅਸਲੀ ਨਾਟੋ ਕਹਿ ਲਓ, ਤੇ ਇਹ ਮਤਲਬ ਇਜ਼ਰਾਈਲ ਦੇ ਨਾਲ ਪੂਰੀ ਤਰ੍ਹਾਂ ਖੜੇ ਨੇ ਮਤਲਬ ਉਹਨੂੰ, ਲੇਕਿਨ ਯੂਰਪ ਦੇ ਵਿੱਚ ਇਜ਼ਰਾਈਲ ਦੀ ਜਿਹੜੀ ਵਿਰੋਧਤਾ ਜਿਹੜੀ ਹੈ ਕਾਫੀ ਵੱਧ ਰਹੀ ਹੈ। ਰੂਸ ਕਿਤੇ ਬਾਅਦ ਦੇ ਵਿੱਚ ਵੱਧਦਾ ਵੱਧਦਾ ਸਾਡੇ ਤੇ ਹਮਲਾ ਨਾ ਕਰਦੇ, ਪਰ ਉਹਨਾਂ ਨੂੰ ਇਹ ਨਹੀਂ ਲੱਗਦਾ ਗਾ ਕਿ ਜੋ ਕੁਝ ਅਮਰੀਕਾ ਕਰਵਾਉਣਾ ਚਾਹ ਰਿਹਾ ਉਹ ਨੀ ਉਹ ਕਰਨ ਨੂੰ ਤਿਆਰ। ਮੈਨੂੰ ਇਹ ਲੱਗਦਾ ਵੀ ਇੱਕ ਜਿਹੜੀ ਤੁਹਾਡੀ ਜਿਹੜੀ ਮੈਨੂੰ ਹਾਲੇ ਵੀ ਇੱਕ ਅੱਛੀ ਜਿਹੜੀ ਆਸ ਦੀ ਕਿਰਨ ਜਿਹੜੀ ਇਹ ਨਜ਼ਰ ਆਉਂਦੀ ਕਿ ਜੇ ਅਮਰੀਕਾ ਨਾਲੋਂ ਯੂਰਪ ਜਿਹੜਾ ਅਲੱਗ ਹੋ ਜਾਏ, ਮਤਲਬ ਯੂਰਪ ਅਮਰੀਕਾ ਜਿਹੜਾ ਇੱਕ ਬਣਿਆ ਹੋਇਆ ਨਾ, ਇਹਦੇ ਵਿੱਚ ਯੂਰਪ ਜਿਹੜਾ ਅਮਰੀਕਾ ਨਾਲੋਂ ਇੰਡੀਪੈਂਡੈਂਟ ਯੂਰਪ ਜਿਹੜਾ ਬਣ ਜਾਏ, ਤੇ ਉਹਦੇ ਜਿਹੜਾ ਉਹਦੇ ਵਿੱਚ ਜਿਹੜੀ ਹੈਗੀ ਰੂਸ ਨਾਲ ਜਿਹੜੇ ਉਹਦੇ ਸੰਬੰਧ ਹੈ, ਈਵਨ ਏਸ਼ੀਆ ਨਾਲ ਜਿਹੜਾ ਪੁਰਾਣਾ ਯੂਰੇਸ਼ੀਆ, ਬਹੁਤ ਵਧੀਆ ਆ ਤੁਸੀਂ ਜਿਹੜੀ ਬਹੁਤ ਵਧੀਆ ਗੱਲ ਕੀਤੀ ਹੈ ਕਿ ਜੇ ਭਵਿੱਖ ਹੈ ਨਾ, ਆਹ ਜਿਹੜੀ ਗੱਲ ਕੀਤੀ ਕਿ ਯੂਰੇਸ਼ੀਆ ਜਿਹੜਾ ਇਹ ਖਿੱਤਾ ਜਿਹੜਾ ਤੁਸੀਂ ਪਿਛਲੇ 1000 ਸਾਲਾਂ ਤੋਂ ਦੇਖੋ ਵੀ ਇਹ ਡਿਟਰਮਿਨ ਕਰਦਾ ਰਿਹਾ, ਇਹ ਜਿਹੜਾ ਅਖੀਰ ਚ ਜਿਹੜੀ ਗੱਲ ਜਿੱਥੋਂ ਮੈਨੂੰ ਲੱਗਦਾ ਗਲਤ ਹੋਈ ਕਿ ਅਮਰੀਕਾ ਦਾ ਜਿਹੜਾ ਉਭਾਰ ਸੀਗਾ ਇਸ ਨੇ ਜਿਹੜਾ ਇੱਕ ਟ੍ਰੈਂਡ ਸੀਗਾ ਰੁਝਾਨ ਜਿਹੜਾ ਉਹਦੇ ਤੋਂ ਇੱਕ ਐਬਰੇਸ਼ਨ ਇਹਨੂੰ ਕਹਿੰਦੇ ਨੇ ਅੰਗਰੇਜ਼ੀ ਚ ਐਬਰੇਸ਼ਨ, ਇੱਕ ਮਤਲਬ ਜਿਹੜੀ ਇੱਕ ਮੂਲ ਜਿਹੜਾ ਰੁਝਾਨ ਹੁੰਦਾ, ਜਿੱਦਾਂ ਆਪਾਂ ਮੱਝਾਂ ਹੁੰਦੀਆਂ ਕਾਲੀਆਂ ਤੇ ਇੱਕ ਬੋਰੀ ਮੱਝ ਆ ਜਾਂਦੀ ਹੈ, ਇਹ ਨੇਚਰ ਦੀ ਐਬਰੇਸ਼ਨ ਹੈ। ਅਮਰੀਕਾ ਦਾ ਜਿਹੜਾ ਉਭਾਰ ਸੀਗਾ ਇਹ ਇਹੀ ਸਮੱਸਿਆ ਦਾ ਮੂਲ ਕਾਰਨ ਬਣਿਆ ਕਿ ਆਖਿਰ ਜਿਹੜਾ ਹੁਣ ਇਹਦਾ ਡਰ ਜਿਹੜਾ ਸੀਗਾ ਇਹ ਬਹੁਤ ਸਾਰੇ ਯੂਰਪੀਅਨ ਚਿੰਤਕਾਂ ਨੂੰ ਸੀਗਾ, ਬਰਟਨ ਰਸਲ ਨੂੰ ਵੀ ਸੀਗਾ, ਉਹਦੇ ਯੂਰਪ ਦੇ ਜਿਹੜੇ ਹੋਰ ਵੀ ਚਿੰਤਕ ਔਰ ਕੋਈ ਰਾਜਨੀਤਿਕ ਨੇਤਾ ਜਿਹੜਾ ਮਤਲਬ ਡਿਗਾਲ ਵੀ ਜਿਹੜਾ ਉਹ ਸਮਝਦੇ ਕਿ ਜਿਹੜੇ ਅਮਰੀਕਾ ਦਾ ਜਿਹੜਾ ਉਭਾਰ ਹੈ ਇਹ ਪੱਛਮ ਲਈ ਬਹੁਤ ਮਾੜਾ ਸਾਬਿਤ ਹੋਏਗਾ, ਉਹ ਮਤਲਬ ਇਸ ਗੱਲ ਦੇ ਧਾਰਨੀ ਸੀਗੇ।
ਬੈਟਨ ਰਸਲ ਨੂੰ ਤਾਂ ਜੇਲ੍ਹ ਵੀ ਕੀਤਾ ਗਿਆ, ਉਹ ਮਤਲਬ ਜਿਹੜਾ ਇਹ ਥੀਸਿਸ ਉਹਨੇ ਜਦੋਂ ਦਿੱਤਾ ਵੀ ਸਾਡਾ ਜਿਹੜਾ ਅਮਰੀਕਾ ਨੇ ਸਾਨੂੰ ਮਤਲਬ ਇੱਕ ਤਰ੍ਹਾਂ ਮਰਵਾਉਣਾ ਪੱਛਮ ਨੂੰ, ਤੇ ਉਹਨੂੰ ਮਤਲਬ ਕਿ ਉਹ ਵੈਸੇ ਰੋਇਲ ਫੈਮਿਲੀ ਨੂੰ ਬਿਲੋਂਗ ਕਰਦਾ ਸੀ, ਲੇਕਿਨ ਉਹ ਇਹ ਅਮਰੀਕਾ ਦੇ ਜਿਹੜਾ ਉਹਦੀ ਜਿਹੜੀ ਅਸੈਸਮੈਂਟ ਸੀਗੀ ਉਹਦੇ ਕਰਕੇ ਉਹਨੂੰ ਜੇਲ੍ਹ ਵੀ ਜਾਣਾ ਪੈ ਗਿਆ। ਮਤਲਬ ਕਿ ਤੂੰ ਕਹਿਣ ਦਾ ਮਤਲਬ ਹੈ ਕਿ ਇੱਕ ਚੀਜ਼ ਜਿਹੜੀ ਹੈਗੀ ਹੈ ਕਿ ਆਖਿਰ ਮਾਰਕਸਿਜ਼ਮ ਵੀ ਤਾਂ ਯੂਰੋਸੈਂਟ੍ਰਿਕ ਹੈਗਾ, ਯੂਰਪ 'ਚ ਜਦ ਅਸੀਂ ਤਾਂ ਯੂਰਪ ਨੇ ਵੀ ਇੱਕ ਬੜੀ ਵੱਡੀ ਦੇਣ ਦਿੱਤੀ ਹੈ ਦੁਨੀਆਂ ਨੂੰ, ਹੈ ਜੀ। ਤੂੰ ਮਤਲਬ ਤੂੰ ਇਸ ਕਰਕੇ ਮੇਰਾ ਇਹ ਮੰਨਣਾ ਵੀ ਜੇ ਯੂਰਪ 'ਤੇ ਅਮਰੀਕਾ ਦਾ ਪ੍ਰਭਾਵ, ਅਮਰੀਕਾ ਦੇ ਵਿੱਚ ਕੋਈ ਮਤਲਬ ਜਿਹੜੀ ਇਹੋ ਜਿਹੀ ਦੇਣ ਨਹੀਂ ਹੈ ਅਮਰੀਕਾ ਦੀ ਫਿਲੋਸਫਿਕਲ ਲੈਵਲ 'ਤੇ ਜੋ ਯੂਰਪ ਦੀ ਹੈ, ਹੈ ਜੀ। ਲੇਕਿਨ ਯੂਰਪ ਦੇ ਉੱਪਰ ਅਮਰੀਕਾ ਦਾ ਭਾਰੂ ਹੋਣਾ ਜਿਹੜਾ ਨਾ ਉਹ ਪੱਛਮ ਲਈ ਘਾਤਕ ਸਾਬਿਤ ਹੋ ਰਿਹਾ ਹੈ। ਤਾਂ ਇੱਕ ਜਿਹੜੀ ਚੀਜ਼ ਅੱਛੀ ਚੀਜ਼ ਇਹ ਹੋ ਸਕਦੀ ਹੈ ਕਿ ਜੇ ਯੂਰਪ ਜਿਹੜਾ ਇੰਡੀਪੈਂਡੈਂਟ ਹੋ ਜਾਵੇ ਅਮਰੀਕਾ ਤੋਂ, ਜਿਹੜਾ ਕਿ ਉਹਦੀ ਸੰਭਾਵਨਾ ਬਣਦੀ ਨਜ਼ਰ ਆ ਰਹੀ ਹੈ, ਤਾਂ ਜਿਹੜਾ ਮੁੜ ਕੇ ਯੂਰਪ ਅਤੇ ਏਸ਼ੀਆ ਜਿਹੜਾ ਯੂਰੇਸ਼ੀਆ ਜਿਹੜਾ ਉਹ ਮਤਲਬ ਇਹ ਜਿਹੜੇ ਤੁਸੀਂ ਚਾਰ ਮੁਲਕ ਜਿਹੜੇ ਜਿਹੜੇ ਕਾਪ ਤੁਸੀਂ ਕਿਹਾ ਵੀ ਜਿਹੜੇ ਹੁਣ ਅਮਰੀਕਾ ਕੈਨੇਡਾ ਤੇ ਅੰਗਰੇਜ਼ ਇੰਗਲੈਂਡ ਤੇ ਆਸਟ੍ਰੇਲੀਆ, ਇੱਕ ਤਰ੍ਹਾਂ ਇੰਗਲੈਂਡ ਵੀ ਜਿਹੜਾ ਨਾ ਜੇ ਸੋਚੋ ਵੀ ਬਾਕੀ ਤਾਂ ਸਾਰੇ ਹੈ ਹੀ ਨੇ ਬਾਹਰ ਯੂਰਪ ਤੋਂ, ਇੰਗਲੈਂਡ ਵੀ ਯੂਰਪ ਨਾਲ ਕੱਟਿਆ ਹੋਇਆ। ਵੈਸੇ ਵੀ ਉਹਦੀ ਡੂਅਲ ਕਰੈਕਟਰ ਹੈ ਕਿ ਜੇ ਉਹਨੂੰ ਲੱਗੇ ਕਿ ਯੂਰਪ ਮੇਰੀ ਪ੍ਰੋਟੈਕਸ਼ਨ ਕਰ ਸਕਦਾ ਤੇ ਯੂਰਪ ਨਾਲ ਰਹਿ ਕੇ ਮੈਨੂੰ ਫਾਇਦਾ, ਤੇ ਉਹ ਇਕੱਠਾ ਹੋ ਜਾਂਦਾ, ਨਹੀਂ ਉਹ ਅੱਡ ਹੋ ਜਾਂਦਾ। ਔਰ ਯੂਰਪ 'ਚ ਸਮਝਿਆ ਗਿਆ ਕਿ ਯੂਰਪ ਦੇ ਬੜੇ ਚਿੰਤਕ ਜਿਹੜੇ ਸੀ ਉਹ ਸਮਝਦੇ ਕਿ ਇਹ ਇੰਗਲੈਂਡ ਦੋਗਲਾ ਹੈਗਾ, ਇਹ ਅਸਲ ਦੇ ਵਿੱਚ ਯੂਰਪ ਦਾ ਹੈ ਹੀ ਨਹੀਂ, ਇਹ ਤਾਂ ਅਮਰੀਕਾ ਦਾ ਇੱਕ ਪਲਾਂਟਡ ਹੈ ਯੂਰਪ ਦਾ। ਇਹ ਭਾਵਨਾ ਯੂਰਪ 'ਚ ਰਹੀ ਹੈ, ਉਹ ਮਤਲਬ ਇੰਗਲੈਂਡ ਨੂੰ ਮਤਲਬ ਇੱਦਾਂ ਦੇ ਨਫ਼ਰਤ ਕਰਦੇ ਰਹੇ। ਤੋ ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਜਿਹੜਾ ਮੂਲ ਯੂਰਪ ਜਿਹੜਾ ਹੈ ਉਹਦੇ 'ਚ ਇੰਗਲੈਂਡ ਸ਼ਾਮਿਲ ਨਹੀਂ, ਮੈਂ ਮਤਲਬ ਯੂਰਪ ਯੂਰੋਪੀਅਨ ਕੰਟੀਨੈਂਟ ਜਿਹੜਾ ਕੰਟੀਨੈਂਟ। ਤੋ ਮੈਨੂੰ ਇਹ ਲੱਗਦਾ ਕਿ ਇਹ ਦੁਨੀਆਂ ਦਾ ਭਵਿੱਖ ਬਹੁਤ ਵਧੀਆ ਹੋ ਸਕਦਾ, ਇਹ ਦੁਨੀਆਂ ਦੇ ਭਵਿੱਖ ਵਾਸਤੇ ਬਹੁਤ ਅੱਛਾ ਹੋ ਸਕਦਾ ਕਿ ਜੇ ਕਿ ਯੂਰਪ ਵੀ ਇੱਕ ਮਤਲਬ ਯੂਰਪ ਦੀ ਦੁਨੀਆਂ ਨੂੰ ਦੇਣ ਹੈ। ਯੂਰਪ ਦੇ ਜਿਹੜੀ ਪੁਨਰਜਾ ਰੈਨਾਸੈਂਸ ਵੀ ਆਈ, ਇੰਡਸਟਰੀਅਲ ਰੈਵੋਲਿਊਸ਼ਨ ਵੀ ਆਇਆ, ਔਰ ਫਿਰ ਮਾਰਕਸਿਜ਼ਮ ਨੂੰ ਮੈਂ ਫਿਲਾਸਫੀਕਲ ਲੈਵਲ ਤੇ ਬਹੁਤ ਵੱਡੀ ਦੁਨੀਆਂ ਨੂੰ ਦੇਣ ਸਮਝ ਵੀ ਹੈ ਨਾ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਗਿਆਨ ਆ ਉਹਦਾ ਅਸਾਰ ਪਸਾਰ ਜਿਹੜਾ ਬੜਾ ਸੌਖਾ ਹੋ ਜਾਂਦਾ ਸੀ। ਰਿਲੀਜਨ ਜੇ ਆਪਾਂ ਕਹੀਏ ਕਿ ਨਾ ਈਸਾਈ ਧਰਮ, ਨਾ ਯਹੂਦੀ ਧਰਮ, ਨਾ ਜਿਹੜਾ ਇਸਲਾਮ ਆ ਉਹ ਯੂਰਪ 'ਚ ਪੈਦਾ ਹੋਇਆ, ਪਰ ਉਹਨਾਂ ਨੇ ਅਡਾਪਟ ਕਰ ਲਿਆ। ਇੱਥੋਂ ਤੱਕ ਕਿ ਇੰਡੀਆ ਦੀ ਜਿਹੜੀ ਫਿਲੋਸਫੀ ਸੀਗੀ, ਜਿਹਨੂੰ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦੀ ਅਦਵੈਤਵਾਦ ਆ ਜਿਹੜਾ ਉਹ ਵੀ ਮੈਂ ਕਿ ਜਿਹੜਾ ਅਰਬ ਕੰਟਰੀਜ਼ ਨੇ ਵੀ ਉਹਨੂੰ ਸੂਫੀਵਿਜ਼ਮ ਦੇ ਰੂਪ ਦੇ ਵਿੱਚ ਢਾਲ ਲਿਆ ਸੀ। ਤਾਂ ਇੱਕ ਤਰ੍ਹਾਂ ਨਾਲ ਇਹਨਾਂ ਦਾ ਪੁਰਾਣਾ ਆਦਾਨ ਪ੍ਰਦਾਨ ਵੀ ਚੱਲਦਾ ਰਿਹਾ, ਅਤੇ ਵਪਾਰਕ ਤੌਰ 'ਤੇ ਜਿਹਨੂੰ ਸਿਲਕ ਰੂਟ ਕਹਿੰਦੇ ਆ, ਜਾਂ ਵਪਾਰਕ ਤੌਰ 'ਤੇ ਜਿਹੜਾ ਜੇ ਕਿਹਾ ਜਾ ਸਕਦਾ ਹੈ ਕਿ ਭਾਰਤ ਤੋਂ ਚੱਲ ਕੇ ਬੰਦੇ ਜਿਹੜੇ ਹੈਗੇ ਆ ਉਹ ਸਵੀਡਨ ਤੱਕ ਸੜਕ ਰਸਤੇ ਜਾ ਸਕਦੇ, ਤਾਂ ਇਹ ਉਹਨਾਂ ਦਾ ਆਦਾਨ ਪ੍ਰਦਾਨ ਹੋ ਸਕਦਾ ਇਸ ਫਿਲੋਸਫੀਕਲ ਲੈਵਲ 'ਤੇ ਵੀ, ਇਕਜੁੱਟ ਵੀ ਹੋ ਸਕਦਾ। ਤੋ ਜਿਹੜੀ ਤੁਸੀਂ ਅੱਜ ਦੀ ਜੇ ਆਪਣੇ ਸਾਰੇ ਗੱਲਬਾਤ 'ਚੋਂ ਜੋ ਮੈਨੂੰ ਸਭ ਤੋਂ ਜਿਹੜਾ ਵਧੀਆ ਜਿਹੜੇ ਉਹਦਾ ਅੰਸ਼ ਲੱਗਿਆ, ਜਿਹੜੀ ਵਧੀਆ ਗੱਲ ਲੱਗੀ, ਉਹ ਤੁਸੀਂ ਜਿਹੜਾ ਯੂਰੇਸ਼ੀਆ ਦੀ ਗੱਲ ਕੀਤੀ ਹੈਗੀ ਕਿ ਜੇ ਮਨੁੱਖਤਾ ਦਾ ਸੰਸਾਰ ਦਾ ਭਵਿੱਖ ਉੱਜਲ ਹੋ ਸਕਦਾ ਮੈਨੂੰ, ਤਾਂ ਇਹ ਜਿਹੜਾ ਜੇ ਅਮਰੀਕਨ ਹੈਜਮਨੀ ਜਿਹੜੀ ਅਮਰੀਕੀ ਚੌਧਰ ਖਤਮ ਹੋਵੇ, ਯੂਰਪ ਜਿਹੜਾ ਹੈਗਾ ਸੁਤੰਤਰ ਹੋ ਜਾਏ, ਤੇ ਯੂਰਪ ਜਿਹੜਾ ਫਿਰ ਜਿਹੜਾ ਏਸ਼ੀਆ ਦੇ ਨਾਲ ਜਿਹੜਾ ਉਹਦਾ ਇਤਿਹਾਸਿਕ ਜਿਹੜਾ ਰਿਹਾ ਯੂਰੇਸ਼ੀਆ ਦਾ, ਜਿਹੜਾ ਇਹ ਹਜ਼ਾਰਾਂ ਸਾਲਾਂ ਤੋਂ ਯੂਰੇਸ਼ੀਆ ਖਿੱਤਾ ਜਿਹੜਾ ਉਹ ਸੰਸਾਰ ਦੀ ਅਗਵਾਈ ਕਰਦਾ ਰਿਹਾ,
ਇਹ ਕੁਦਰਤੀ ਜਿਹੜੀ ਅਗਵਾਈ ਹੈ ਨਾ ਉਹ ਵਾਪਸ ਆ ਜਾਏ ਜਿਹੜੀ, ਤੇ ਇਹ ਦੋਨੋਂ ਜਿਹੜੇ ਨੇ ਫਿਲੋਸਫੀਕਲੀ ਬਹੁਤ ਵਿਕਸਿਤ ਖਿੱਤੇ ਰਹੇ ਨੇ ਯੂਰਪ ਔਰ ਏਸ਼ੀਆ ਜਿਹੜੇ ਨੇ, ਤੇ ਇਹ ਜਿਹੜਾ ਹੈਗਾ ਉਹ ਮੈਨੂੰ ਇਹ ਲੱਗਦਾ ਕਿ ਇੱਕ ਇੱਕ ਵਧੀਆ ਜਿਹੜਾ ਭਵਿੱਖ ਮਨੁੱਖਤਾ ਦਾ ਬਣ ਸਕਦਾ ਹੈ, ਇੱਕ ਆਸ ਦੀ ਕਿਰਨ ਨਜ਼ਰ ਆ ਰਹੀ ਹੈ ਕਿ ਜਿਹੜੀ ਪੱਛਮ ਦਾ ਅਸੀਂ ਸਮਝਦੇ ਹਾਂ ਜੇ ਪੱਛਮ ਦਾ ਜਿਹੜਾ ਢਹਿ ਜਾਣਾ ਕੋਲੈਪਸ ਜਿਹੜਾ ਉਹ ਮਤਲਬ ਅਸਲ ਦੇ ਵਿੱਚ ਪੂਰੇ ਸਮੁੱਚੇ ਪੱਛਮ ਦਾ ਢਹਿ ਜਾਣਾ ਨਹੀਂ ਨਾ ਹੋਵੇ ਬਲਕਿ ਅਮਰੀਕੀ ਚੌਧਰ ਦਾ ਖਤਮ ਹੋਣਾ ਹੋ ਜਾਏ। ਹਾਂ ਅੱਜ ਅੱਜ ਇਹਨੂੰ ਕਹਿ ਸਕਦੇ ਹਾਂ ਕਿ ਜਿਹੜਾ ਇਸ ਵੇਲੇ ਸੰਸਾਰ ਦਾ ਇਕੱਲਾ ਹੀ ਚੌਧਰੀ ਜਾਂ ਥਾਣੇਦਾਰ ਬਣਿਆ ਉਹ ਸਾਰੇ ਮੂਲ ਮੂਲ ਕਾਰਨ ਜਿਹੜੀਆਂ ਸਮੱਸਿਆਵਾਂ ਦਾ ਉਹ ਅਮਰੀਕੀ ਚੌਧਰ ਹੈ ਮੇਰੇ ਹਿਸਾਬ ਨਾਲ, ਯੂਰਪ ਉਹਦੇ ਲਈ ਜ਼ਿੰਮੇਵਾਰ ਨਹੀਂ ਹੈ ਮੈਨੂੰ ਇਹ ਲੱਗਦਾ। ਤੋ ਜੇ ਆਪਾਂ ਇਹ ਨਖੇੜਾ ਕਰ ਲਈਏ ਕਿ ਸਾਰੇ ਪੱਛਮ ਨੂੰ ਦੋਸ਼ ਦੇਣ ਦੀ ਬਜਾਏ ਅਸੀਂ ਦੋਸ਼ ਉੱਥੇ ਦਈਏ ਜਿੱਥੇ ਦੋਸ਼ ਬਣਦਾ ਹੈ, ਉਹ ਹੈ ਅਮਰੀਕਨ ਚੌਧਰ ਜਿਹੜੀ ਅਮਰੀਕਾ ਦੀ ਕਰਕੇ ਉਹਦੀ ਵੀ ਅਮਰੀਕੀ ਹੰਕਾਰ ਜਿਹੜਾ ਰੂਪ ਹੈਗਾ ਇਹ ਵੀ ਤਾਂ ਉਹਦਾ ਜਿਹਨੂੰ ਕਹਿ ਸਕਦੇ 1850 ਤੋਂ ਬਾਅਦ ਉਹਨੇ ਕਹਿ ਲਓ ਕਿ ਹੁਣ ਤੱਕ ਇਹ ਪਿਛਲੇ 150 ਸਾਲ ਤ ਇਹ ਜ਼ਿਆਦਾ ਵਧਾਇਆ ਹੈ ਜਦੋਂ ਕਿ ਪਹਿਲਾਂ ਉਸ ਤਰ੍ਹਾਂ ਦਾ ਰੂਪ ਨਹੀਂ ਸੀਗਾ ਅਮਰੀਕਾ ਦਾ ਵੀ ਉਹਦਾ ਜੇ ਆਪਾਂ ਉਹਨੂੰ ਲਿੰਕਡਨ ਲਿੰਕਡਨ ਵੇਲੇ ਦਾ ਦੇਖੀਏ ਬਿਲਕੁਲ ਇਸ ਰੂਪ ਚ ਨਹੀਂ ਸੀ ਨਹੀਂ ਸੀ ਉਦੋਂ ਤਾਂ ਉਹਦਾ ਅੱਛਾ ਰੋਲ ਉਹਨੇ ਗੁਲਾਮਾਂ ਨੂੰ ਆਜ਼ਾਦ ਕਰਾਇਆ ਅਮਰੀਕਾ ਦਾ ਬੜਾ ਅੱਛਾ ਰੋਲ ਰਿਹਾ ਇਹ ਰੋਲ ਖਾਸ ਕਰਕੇ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜਾ ਚੌਧਰ ਜਿਹੜੀ ਸਥਾਪਿਤ ਕਰਨ ਦਾ ਜਿਹੜਾ ਹੋਇਆ ਇੱਕ ਦੋ ਕੰਟੀਨੈਂਟ ਆਪਣੇ ਰਹਿ ਗਏ ਜਿਹਦੇ ਬਾਰੇ ਇਹ ਕਿ ਉਹਨਾਂ ਦਾ ਭਵਿੱਖ ਕੀ ਹੋਵੇਗਾ ਉਹ ਵਰਲਡ ਮੈਪ ਦੇ ਉੱਤੇ ਉਹ ਬਹੁਤੇ ਚਰਚਾ ਚ ਨਹੀਂ ਰਹਿੰਦੇ। ਦੱਖਣੀ ਅਫਰੀਕਾ 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 ਦੱਖਣੀ ਅਮਰੀਕਾ ਦੱਖਣੀ ਅਮਰੀਕਾ ਦੀ ਸਮੱਸਿਆ ਇਹ ਹੈ ਕਿ ਇੱਕ ਤਰ੍ਹਾਂ ਨਾਲ ਇਹ ਕਿ ਬਈ ਉਹ ਅਮਰੀਕਾ ਦੇ ਦਾਬੇ ਥੱਲੇ ਰਹਿੰਦਾ ਕਿਉਂਕਿ ਉਹਦੇ ਨੇੜੇ ਵੀ ਹੈ, ਤੇ ਦੂਸਰਾ ਇਹ ਕਿ ਜਿਹੜਾ ਉੱਥੇ ਕਨਕਲਾਬ ਦਾ ਸੁਪਨਾ ਵੇਚਿਆ ਸੀ ਉਹ ਕਿਊਬਾ ਤੱਕ ਸੀਮਿਤ ਰਿਹਾ ਤੇ ਉਹ ਚੀ ਗਵੇਰਾ ਹੋਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ਬਾਕੀ ਲੈਟਿਨ ਅਮਰੀਕਾ 'ਚ ਨਹੀਂ ਹੋ ਸਕਿਆ। ਹਾਲਾਂਕਿ ਉੱਥੇ ਜਿਹੜੀ ਤੁਸੀਂ ਗੱਲ ਕਰਦੇ ਹੋ ਥੋੜ੍ਹਾ ਜਿਹਾ ਉਹਦਾ ਬੀਜ ਬਣ ਪਿਆ ਸੀਗਾ ਜਿਹਨੂੰ ਕਹਿੰਦੇ ਆ ਕਿ ਮਾਰਕਸਿਜ਼ਮ ਦੇ ਨਾਲ ਜਿਹੜੀ ਲੈਟਿਨ ਥਿਓਲੋਜੀ ਦੀ ਜਿਹੜੀ ਜੋੜ ਸੀਗਾ ਉਹ ਜ਼ਿਆਦਾ ਨਹੀਂ ਪਣਪ ਸਕਿਆ। ਇੱਕ ਤਰ੍ਹਾਂ ਦਾ ਤਾਂ ਸੁਮੇਲ ਤਾਂ ਉਹ ਹੋਇਆ ਬਹੁਤ ਬਿਲਕੁਲ ਬਿਲਕੁਲ ਹੋਇਆ ਜੀ ਬਿਲਕੁਲ ਹੋਇਆ। ਇਹ ਜਿਹੜਾ ਤੁਸੀਂ ਕਿਹਾ ਹੈਗਾ ਕਿ ਇਹ ਲੈਟਿਨ ਅਮਰੀਕਾ ਚੋਂ ਹੀ ਹੈ ਜਾਂ ਕ੍ਰਿਸਚੈਨਿਟੀ ਦਾ ਔਰ ਮਾਰਕਸਿਜ਼ਮ ਦਾ ਜਿਹੜਾ ਹੈ ਸੁਮੇਲ ਦੀ ਗੱਲ ਉੱਥੋਂ ਹੀ ਉੱਠੀ ਹੈ। ਤੋ ਉਹ ਮਤਲਬ ਜਿਹੜਾ ਤੋ ਅਸੀਂ ਜੋ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਮਤਲਬ ਸਿੱਖ ਫਲਸਫੇ ਤਾਂ ਮਾਰਕਸਵਾਦ ਦਾ ਸੁਮੇਲ ਉਹਨਾਂ ਨੇ ਵੀ ਜਿਹੜਾ ਈਸਾਈ ਧਰਮ ਦਾ ਮਤਲਬ ਈਸਾਈ ਫਲਸਫੇ ਦਾ ਔਰ ਮਾਰਕਸਿਜ਼ਮ ਦਾ ਖਾਸ ਕਰਕੇ ਜਿਹੜੀ ਕਰੋਨਾ ਗੁਆਂਢੀ ਨਾਲ ਪਿਆਰ ਕਰੋ ਵਗੈਰਾ ਵਗੈਰਾ ਜਿਹੜੇ ਕੁਛ ਮੋਰਲ ਵੈਲਿਊਜ਼ ਜਿਹਨਾਂ ਨੂੰ ਈਸਾਈ ਧਰਮ ਆਪਣੀ ਕੋਰ ਸਮਝਦਾ ਸੀ ਕਿਸੇ ਵੇਲੇ ਉਹ ਵੈਲਿਊਜ਼ ਉਹਨਾਂ ਨੇ ਦੋਨਾਂ 'ਚ ਦੇਖੀਆਂ ਸਾਂਝੀਆਂ ਜਿਹੜੀਆਂ ਵੈਲਿਊਜ਼। ਤੋ ਉਹਦੇ 'ਚ ਮੈਨੂੰ ਇਹ ਲੱਗਦਾ ਉੱਥੇ ਵੀ ਗੱਲ ਇਹੀ ਹੋ ਜਾਂਦੀ ਹੈ। ਹੁਣ ਜਿਹੜਾ ਅਫਰੀਕਾ ਅਫਰੀਕਾ ਦੇ ਦੋ ਕੰਟੀਨੈਂਟ ਅਫਰੀਕਾ ਦਾ ਜਿਹੜਾ ਹੈਗਾ ਉਹ ਬਿਲਕੁਲ ਉਹਦੀ ਇਸ ਵੇਲੇ ਭੂਮਿਕਾ ਵੱਖਰੀ ਹੈ। ਅਫਰੀਕਾ ਸਮੁੱਚੇ ਤੌਰ 'ਤੇ ਜਿਹੜਾ ਹੈ ਉਹ ਬਹੁਤ ਜ਼ਿਆਦਾ ਉਹਦਾ ਜਿਹੜਾ ਝੁਕਾਅ ਹੈ ਰੂਸ ਅਤੇ ਚੀਨ ਵੱਲ ਜਿਹੜਾ ਇੱਧਰ ਇੱਧਰ ਹੈ ਮਤਲਬ ਉਹਦਾ ਆ ਦੱਖਣੀ ਅਫਰੀਕਾ ਮਤਲਬ ਇਜ਼ਰਾਈਲ ਦੇ ਖਿਲਾਫ ਜੇ ਆਵਾਜ਼ ਉੱਠੀ ਹੈ ਜਾਂ ਸਮੁੱਚੇ ਤੌਰ 'ਤੇ ਦੇਖੋ ਤੁਸੀਂ ਕਿ ਅਫਰੀਕਾ ਦੀ ਜਿਹੜੀ ਭੂਮਿਕਾ ਹੈਗੀ ਉਹ ਕਿਉਂਕਿ ਦੱਖਣ ਜਿਵੇਂ ਤੁਸੀਂ ਕਿਹਾ ਕਿ ਜਿਹੜਾ ਦੱਖਣੀ ਅਮਰੀਕਾ ਉੱਥੇ ਅਮਰੀਕਾ ਦਾ ਦਾਬਾ ਬਹੁਤ ਜ਼ਿਆਦਾ ਗੱਲਬਾਤ ਜ਼ਿਆਦਾ ਹੈ ਕਿਉਂਕਿ ਉਹ ਜਿਹਨੂੰ ਕਹਿ ਸਕਦੇ ਹਾਂ ਵੀ ਬੈਕਯਾਰਡ ਹੈ ਨਾ ਉਹ ਪਛਵਾੜਾ ਹੈ ਅਮਰੀਕਾ ਦਾ। ਲੇਕਿਨ
ਜਿਹੜੀ ਮੈਨੂੰ ਜਿਹੜੀ ਅੱਛੀ ਜਿਹੜਾ ਭਵਿੱਖ ਮਨੁੱਖਤਾ ਦਾ ਚੰਗਾ ਨਜ਼ਰ ਆਉਂਦਾ ਕਿ ਜਦੋਂ ਅਮਰੀਕੀ ਚੌਧਰ ਟੁੱਟ ਜਾਏਗੀ ਅਫਰੀਕਾ ਤਾਂ ਮੇਰੇ ਹਿਸਾਬ ਨਾਲ ਉਹਨਾਂ ਤੋਂ ਲਗਭਗ ਜਿਹੜਾ ਉਹ ਆਪਣੀ ਇੰਡੀਪੈਂਡੈਂਸ ਜਿਹੜੀ ਆਜ਼ਾਦੀ ਜਿਹੜੀ ਆ ਉਹ ਅਸਰਟ ਕਰ ਰਿਹਾ, ਉਹਦੀ ਦਾਅਵੇਦਾਰੀ ਕਰ ਰਿਹਾ। ਤੋ ਉਹ ਇੱਕ ਅਸਲ ਤਾਂ ਇੱਕ ਹੀ ਕੰਟੀਨੈਂਟ ਬਚਿਆ। ਜਿਹੜਾ ਤੁਹਾਡਾ ਥੀਸਿਸ ਅੱਜ ਦਾ ਆਪਣੀ ਗੱਲਬਾਤ ਦਾ ਬਣਦਾ ਨਾ, ਉਹ ਹੈ ਕਿ ਯੂਰੇਸ਼ੀਆ ਮੁੱਖ ਬਣੇਗਾ ਔਰ ਯੂਰ ਉਹਦੇ ਵਿੱਚ ਹੀ ਆਪਣਾ ਉਹ ਵੀ ਸਿਧਾਂਤ ਆ ਜਾਂਦਾ ਕਿ ਜਿਹੜਾ ਆਪਾਂ ਫਿਲੋਸਫੀਕਲ ਵੀ ਜੀਓਗ੍ਰਾਫਿਕਲੀ ਵੀ ਜਿਹੜਾ ਹੈਗਾ ਯੂਰੇਸ਼ੀਆ ਨੇ ਹੀ ਲੀਡ ਕੀਤਾ। ਔਰ ਫਿਲੋਸਫੀਕਲੀ ਤਾਂ ਆਪਾਂ ਕਹਿੰਦੇ ਹਾਂ ਕਿ ਜੇ ਮਨੁੱਖਤਾ ਨੂੰ ਕੋਈ ਅਗਵਾਈ ਦੇਣ ਵਾਲਾ ਫਲਸਫਾ ਨਿਕਲਦਾ ਤੇ ਉਹ ਗੁਰੂ ਗ੍ਰੰਥ ਸਾਹਿਬ ਤੇ ਮਾਰਕਸਵਾਦ। ਤੋ ਗੁਰੂ ਗ੍ਰੰਥ ਸਾਹਿਬ ਏਸ਼ੀਆ ਦਾ ਕਹਿ ਲਈਏ ਫਲਸਫਾ ਇੱਥੋਂ ਉਪਜਿਆ ਤੇ ਮਾਰਕਸਵਾਦ ਜਿਹੜਾ ਹੈਗਾ ਉਹ ਯੂਰਪ ਚੋਂ ਉਪਜਿਆ, ਤੋ ਉਹ ਵੀ ਯੂਰੇਸ਼ੀਆ ਦੇ ਵਿੱਚ ਫਿੱਟ ਹੋ ਜਾਂਦਾ। ਤੋ ਮੁੱਖ ਤੌਰ ਤੇ ਜੇ ਜੇ ਮਨੁੱਖ ਦਾ ਜਿਹੜਾ ਸੁਨਹਿਰੀ ਭਵਿੱਖ ਹੈ ਇਹ ਯੂਰੇਸ਼ੀਆ 'ਚ ਪਿਆ, ਲੇਕਿਨ ਜਿਹੜੇ ਦੋ ਜਿਹੜੇ ਤੁਸੀਂ ਕੰਟੀਨੈਂਟ ਕਹੇ ਆ ਬਾਕੀ ਮਤਲਬ ਅਫਰੀਕਾ ਜਿਹੜਾ ਹੈਗਾ ਉਹਦਾ ਮੈਂ ਦੇਖਦਾ ਕਿ ਉਹ ਉਹਦਾ ਝੁਕਾਅ ਇੱਧਰ ਨੂੰ ਜਿਹੜਾ ਹੋ ਰਿਹਾ ਕਿ ਉਹ ਅਮਰੀਕੀ ਚੌਧਰ ਦੇ ਮਤਲਬ ਉਹ ਵਿਰੁੱਧ ਖੜਦਾ ਨਜ਼ਰ ਆ ਰਿਹਾ ਅਫਰੀਕਾ, ਹੈ ਜੀ ਉਹ ਮਤਲਬ ਰੂਸ ਅਤੇ ਚੀਨ ਵੱਲ ਉਹਦਾ ਜਿਹੜਾ ਅਤੇ ਜਿਹਨੂੰ ਆਪਾਂ ਕਹਿੰਦੇ ਬਹੁਤ ਰੂਵੀ ਸੰਸਾਰ ਦੀ ਜਿਹੜੀ ਮਲਟੀਪੋਲਰ ਵਰਲਡ ਦੀ ਜਿਹੜੀ ਜਾਂ ਅਮਰੀਕੀ ਕਿਉਂਕਿ ਮਲਟੀਪੋਲਰ ਵਰਲਡ ਦਾ ਮਤਲਬ ਵੀ ਅਮਰੀਕੀ ਚੌਧਰ ਦੇ ਵਿਰੁੱਧ ਜਿਹੜਾ ਹੈਗਾ। ਤੋ ਇਸ ਕਰਕੇ ਅਫਰੀਕਾ ਦੇ ਵਿੱਚ ਉਹ ਫਿਲੋਸਫੀ ਆ ਚੁੱਕੀ ਹੈ, ਲੇਕਿਨ ਆਖਰੀ ਜਿਹੜਾ ਬੱਚਾ ਹੈਗਾ ਉਹ ਜੇ ਕੰਟੀਨੈਂਟ ਜਿਹੜਾ ਬਚਿਆ ਜਿੱਥੇ ਹਾਲੇ ਪੂਰੀ ਤਰ੍ਹਾਂ ਉਹ ਨਹੀਂ ਅਮਰੀਕਾ ਆਉਣ ਦਿੰਦਾ, ਹੁਣ ਦਾ ਵੈਨਜ਼ੁਏਲਾ ਜਿੱਥੇ ਵੀ ਉੱਥੇ ਅਮਰੀਕਾ ਨਹੀਂ ਬਰਦਾਸ਼ਤ ਕਰਦਾ, ਜਦੋਂ ਕੋਈ ਤਬਦੀਲੀ ਆਉਂਦੀ ਹੈ ਤਾਂ ਕਿਸੇ ਨਾ ਕਿਸੇ ਤਰ੍ਹਾਂ ਮਤਲਬ ਉਹਨੂੰ ਬਦਲ ਦਿੰਦੇ ਨੇ ਆਪਣਾ ਕੋਈ ਨਾ ਕੋਈ ਢੰਗ ਤਰੀਕੇ ਵਰਤ ਕੇ। ਤੋ ਲੇਕਿਨ ਜਦੋਂ ਯੂਰਪ ਮੈਨੂੰ ਲੱਗਦਾ ਕਿ ਜੇ ਅਮਰੀਕਾ ਨਾਲੋਂ ਆਜ਼ਾਦ ਹੋ ਗਿਆ, ਯੂਰਪ ਅਮਰੀਕਾ ਨਾਲੋਂ ਟੁੱਟ ਗਿਆ, ਫਿਰ ਅਮਰੀਕਾ ਦੀ ਚੌਧਰ ਕਾਇਮ ਨਹੀਂ ਰਹਿ ਸਕਦੀ, ਫਿਰ ਇਹਦੀ ਮਤਲਬ ਦੱਖਣੀ ਅਮਰੀਕਾ 'ਤੇ ਵੀ ਨਹੀਂ ਰਹਿਣੀ, ਫਿਰ ਦੱਖਣੀ ਅਮਰੀਕਾ ਵੀ ਜਿਹੜਾ ਫਿਰ ਸਾਰੀ ਜਿਹੜੀ ਮਨੁੱਖਤਾ ਜਿਹੜੀ ਹੈ ਨਾ ਸਾਰੇ ਕੰਟੀਨੈਂਟ ਆਜ਼ਾਦ ਹੋ ਜਾਣਗੇ। ਇਹ ਇੱਕ ਸੁਨਹਿਰੀ ਭਵਿੱਖ ਹੋ ਸਕਦਾ ਮਨੁੱਖਤਾ ਦਾ, ਜਿਹੜਾ ਤੁਸੀਂ 10 ਸਾਲ ਤੋਂ ਬਾਅਦ ਜਾਂ ਉਸ ਤੋਂ ਬਾਅਦ ਦਾ ਜੇ ਆਪਾਂ ਮਤਲਬ ਆਸ਼ਾਵਾਦੀ ਹੋਈਏ, ਔਰ ਸਾਨੂੰ ਹੋਣਾ ਚਾਹੀਦਾ ਆਸ਼ਾਵਾਦ। ਮੈਂ ਕਹਿੰਦਾ ਕਿਉਂਕਿ ਅਸੀਂ ਬੈਠੇ ਹਾਂ ਪੰਜਾਬ ਦੇ ਵਿੱਚ ਗੱਲ ਕਰ ਰਹੇ ਹਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਫਲਸਫਾ ਉਪਜਿਆ ਹੈਗਾ, ਹੈ ਜੀ। ਤੋ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਹੈ ਹੀ ਆਸ਼ਾਵਾਦੀ, ਪੋਜ਼ਿਟਿਵਿਟੀ ਵਾਲਾ, ਚੜ੍ਹਦੀ ਕਲਾ ਵਾਲਾ ਫਲਸਫਾ ਹੈ। ਤੋ ਇਸ ਕਰਕੇ ਸਾਨੂੰ ਮਤਲਬ ਮਨੁੱਖਤਾ ਦੇ ਔਰ ਸੰਸਾਰ ਦੇ ਭਵਿੱਖ ਬਾਰੇ ਆਸ਼ਾਵਾਦੀ ਹੋਣਾ ਚਾਹੀਦਾ ਕਿ ਇਹਦੇ ਵਿੱਚੋਂ ਜੋ ਵੀ ਗੱਲਾਂ ਇਹ ਹੋ ਰਹੀਆਂ, ਜੋ ਵੀ ਸੰਕਟ ਹੈਗਾ, ਸੰਕਟ ਦਾ ਜਿਹੜਾ ਹੱਲ ਹੈ ਉਹ ਪੋਜ਼ਿਟਿਵ ਹੋਣ ਦੀ ਸੰਭਾਵਨਾ, ਇਹ ਪੋਜ਼ਿਟਿਵਿਟੀ ਵਾਲਾ ਜਿਹੜਾ ਨਾ ਇਹ ਫਲਸਫਾ ਗੁਰੂ ਗ੍ਰੰਥ ਸਾਹਿਬ ਦਾ। ਤੋ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਆਪਾਂ ਜੇ ਅੱਜ ਸਾਰੀ ਗੱਲ ਨੂੰ ਸਮੇਟੀਏ ਤਾਂ ਇਹ ਹੈ ਕਿ ਯੂਰੇਸ਼ੀਆ ਦਾ ਜਿਹੜਾ ਮੁੜ ਕੇ ਦੁਬਾਰਾ ਜਿਹੜਾ ਇਹ ਜਿਹੜੀ ਇੱਕ ਬਨੌਟੀ ਜਾਂ ਇੱਕ ਆਰਟੀਫਿਸ਼ਲ ਕਹਿ ਲਓ ਜਾਂ ਇਹਨੂੰ ਮੈਂ ਅੰਗਰੇਜ਼ੀ ਦਾ ਸ਼ਬਦ ਐਬੀਰੇਸ਼ਨ ਹੁੰਦਾ ਹੈ, ਜਿਹੜੀ ਐਬੀਰੇਸ਼ਨ ਦਾ ਮਤਲਬ ਇਹ ਹੁੰਦਾ ਹੈ ਇੱਕ ਇੱਕ ਜਿਹੜਾ ਮਤਲਬ ਮੁੱਖ ਰੁਝਾਨ ਹੁੰਦਾ ਹੈ ਅਤੇ ਇੱਕ 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 ਜਿਹੜਾ ਉਸ ਤੋਂ ਪਰੇ ਹਟਵੀਂ ਚੀਜ਼ ਹੁੰਦੀ ਹੈ। ਇੱਕ ਤਾਂ ਰੁਝਾਨ ਆਇਆ ਹੋਇਆ ਕਿ ਯੂਰੇਸ਼ੀਆ ਜਿੱਦਾਂ ਦੁਨੀਆ ਨੂੰ ਲੀਡ ਕਰਦਾ ਰਿਹਾ, ਲੇਕਿਨ ਸੈਕਿੰਡ ਵਰਲਡ ਵਾਰ ਤੋਂ ਬਾਅਦ ਅਮਰੀਕਾ ਦਾ ਚੌਧਰ ਬਣ ਗਈ। ਤੋ ਇਹ ਮਤਲਬ ਰੁਝਾਨ, ਮੁੱਖ ਰੁਝਾਨ ਇਹਨੂੰ ਆਪਾਂ ਐਬੀਰੇਸ਼ਨ ਕਹਿ ਸਕਦੇ ਹੈ। ਤੋ ਇਹ ਸ਼ਾਇਦ ਜਿਹੜਾ ਹੈਗਾ ਅਗਲੇ 10 ਸਾਲਾਂ ਜੋ ਤੁਸੀਂ ਕਿਹਾ ਅਗਰ ਇਹ ਖਤਮ ਹੋ ਜਾਏ ਤਾਂ ਫਿਰ ਉਹ ਜਿਹੜਾ ਸਾਰੇ ਜਿਹੜੇ ਸਮੀਕਰਨ ਜਿਹੜੇ ਨੇ ਉਹ ਬਦਲ ਸਕਦੇ ਨੇ, ਔਰ ਉਹਦੇ 'ਚ ਸਾਰੀ ਮਨੁੱਖਤਾ ਦਾ ਹੀ, ਅਮਰੀਕਨ ਲੋਕਾਂ ਦਾ ਵੀ, ਕਿਉਂਕਿ ਅਮਰੀਕਾ ਦੇ ਆਪਾਂ ਗੱਲ ਅਮਰੀਕੀ ਚੌਧਰ ਦੇ ਵਿੱਚ ਅਮਰੀਕੀ ਲੋਕ ਵੀ ਤਾਂ ਉਹਦੇ ਵਿਕਟਮ ਬਣਦੇ ਨੇ, ਮਤਲਬ ਜਿਹੜੀ ਚੌਧਰ ਦਾ ਜਿਹੜਾ ਨੁਕਸਾਨ ਹੈ ਉਹ ਸਾਰਿਆਂ ਮਨੁੱਖਾਂ ਨੂੰ ਝੱਲਣਾ ਪੈਂਦਾ, ਉਹਦੇ ਵਿੱਚ ਅਮਰੀਕੀ ਵੀ ਸ਼ਾਮਿਲ ਨੇ।
ਤੋ ਇਸ ਕਰਕੇ ਇਹ ਨਹੀਂ ਕਿ ਅਸੀਂ ਅਮਰੀਕੀ ਲੋਕਾਂ ਦਾ ਕੋਈ ਅਸੀਂ ਮਤਲਬ ਮਾੜਾ ਨਹੀਂ, ਅਮਰੀਕਾ ਦਾ ਭਵਿੱਖ ਜਿਵੇਂ ਤੁਸੀਂ ਕਿਹਾ ਕਿ 1850 ਦਾ ਲਿੰਕਨ ਨੇ ਜਾਂ ਅਮਰੀਕਾ ਦਾ ਉਹ ਬੜਾ ਅੱਛਾ ਰੋਲ ਰਿਹਾ, ਉਹਨੇ ਬੜੀਆਂ ਮਤਲਬ ਸਲੇਵਰੀ ਖਤਮ ਕਰਨ ਦੇ ਵਿੱਚ ਜਾਂ ਬੜੇ ਮਨੁੱਖੀ ਜੇ ਆਪਾਂ ਇਤਿਹਾਸ 'ਚ ਉਹਦਾ ਇੱਕ ਪੋਜ਼ਿਟਿਵ ਕੰਟਰੀਬਿਊਸ਼ਨ ਵੀ ਅਮਰੀਕਾ ਦੀ ਬਹੁਤ ਰਹੀ ਹੈ। ਇਹ ਤਾਂ ਹੁਣ ਜਿਹੜਾ ਹੁਣ ਦੀ ਜਿਹੜਾ ਅਮਰੀਕਾ ਚੌਧਰਵਾਦ ਦਾ ਜਿਹੜਾ ਆਉਣਾ ਔਰ ਫਿਰ ਸਾਰਿਆਂ ਨੂੰ ਇੱਕ ਅਮੈਰੀਕਨ ਐਕਸੈਪਸ਼ਨਲਿਜ਼ਮ ਵੀ ਅਸੀਂ ਜੀ ਸਾਰਿਆਂ ਤੋਂ ਵੱਖਰੇ ਹਾਂ, ਅਸੀਂ ਵੀ ਆਰ ਦੀ ਬੈਸਟ। ਹੁਣ ਮੈਂ ਇਹ ਮੈਨੂੰ ਕਹਿੰਦਾ ਉਹ ਕਹਿੰਦੇ ਕਿ ਅਮੈਰੀਕਾ ਇਜ਼ ਦੀ ਗ੍ਰੇਟੈਸਟ, ਇਹ ਕਹੋ ਮੈਂ ਕਿਹਾ ਗ੍ਰੇਟੈਸਟ ਕਹਿਣਾ ਠੀਕ ਨਹੀਂ ਹੈ, ਅਮੈਰੀਕਾ ਇਜ਼ ਗ੍ਰੇਟ, ਚਲੋ ਇਹ ਆਪਾਂ ਮੰਨਦੇ ਹਾਂ ਵੀ ਇਹ ਬਾਕੀ ਕੰਟਰੀ ਵੀ ਗ੍ਰੇਟ ਨੇ, ਅਮੈਰੀਕਾ ਵੀ ਗ੍ਰੇਟ ਹੈ, ਹੈ ਜੀ। ਲੇਕਿਨ ਜਦੋਂ ਤੁਸੀਂ ਕਹਿੰਦੇ ਜੀ ਵੀ ਆਰ ਦੀ ਗ੍ਰੇਟੈਸਟ ਜਾਂ ਵੀ ਆਰ ਐਕਸੈਪਸ਼ਨਲ, ਨਹੀਂ ਕਿਉਂ, ਕਿਉਂ ਰੱਬ ਨੇ ਤੁਹਾਨੂੰ ਐਕਸੈਪਸ਼ਨਲ, ਸਾਰੇ ਮਨੁੱਖ ਰੱਬ ਨੇ ਬਣਾਏ ਨੇ, ਇੱਕੋ ਜਿਹੇ ਬਣਾਏ ਨੇ, ਤੋ ਇਹ ਗੈਰ ਕੁਦਰਤੀ ਹੈ ਕਿ ਰੱਬ ਅਮਰੀਕਨਾਂ ਨੂੰ ਐਕਸੈਪਸ਼ਨਲ ਬਣਾ ਦੇ, ਨਹੀਂ, ਐਕਸੈਪਸ਼ਨਲਿਜ਼ਮ ਜਿਹੜਾ ਹੈ ਹੀ ਗਲਤ ਹੈ, ਇਹ ਗੈਰ ਕੁਦਰਤੀ ਚੀਜ਼ ਹੈ। ਤੋ ਕਹਿਣ ਦਾ ਮਤਲਬ ਹੈ ਕਿ ਅਸੀਂ ਤਾਂ ਸਾਰੇ ਮਨੁੱਖਤਾ ਦਾ ਭਲਾ ਚਾਹੁੰਦੇ ਹਾਂ, ਅਸੀਂ ਆਪਾਂ ਸਾਰੇ ਆਪਾਂ ਚਾਹੁੰਦੇ ਕਿ ਜਿਹੜਾ ਜੋ ਵੀ ਹੋਣਾ ਹੈ ਸਾਰੀ ਮਨੁੱਖਤਾ ਦਾ ਭਵਿੱਖ, ਜਿਹੜਾ ਸਾਰੇ ਸੰਸਾਰ ਦਾ ਭਵਿੱਖ ਸੁਨਹਿਰੀ ਹੋਵੇ, ਔਰ ਉਹਦੇ ਵਿੱਚ ਜਿਹੜਾ ਸਾਨੂੰ ਜਿਹੜੀ ਅਮਰੀਕੀ ਚੌਧਰ ਹੈ, ਚੌਧਰਵਾਦ ਹੈ, ਇਹ ਉਹਦੇ 'ਚ ਰੁਕਾਵਟ ਨਜ਼ਰ ਆ ਰਹੀ ਹੈ। ਔਰ ਜਿਹੜਾ ਯੂਰਪ ਦਾ ਉਸ ਤੋਂ ਅਮਰੀਕਾ ਤੋਂ ਸੁਤੰਤਰ ਹੋਣਾ ਔਰ ਫਿਰ ਯੂਰਪ ਦਾ ਜਿਹੜਾ ਏਸ਼ੀਆ ਦੇ ਨਾਲ ਜਿਹੜਾ ਉੱਧਰ ਸੁਮੇਲ ਕਰਨ ਹੋਣਾ, ਇਹ ਸਾਰੀ ਮਨੁੱਖਤਾ ਲਈ ਹੀ ਲਾਹੇਵੰਦ ਸਾਬਤ ਹੋਏਗਾ ਮੇਰੇ ਹਿਸਾਬ। ਮਿਹਰਬਾਨੀ ਜੀ, ਇਸ ਸੈਗਮੈਂਟ ਵਿੱਚ ਅਸੀਂ ਜੀਓਪੋਲਿਟਿਕਸ ਬਾਰੇ ਗੱਲ ਕੀਤੀ। ਅਗਲਾ ਜਿਹੜਾ ਸਾਡਾ ਐਪੀਸੋਡ ਹੋਊਗਾ ਉਹਦੇ ਵਿੱਚ ਅਸੀਂ ਪੰਜਾਬ ਬਾਰੇ ਅਤੇ ਪੰਜਾਬ ਦੇ ਪ੍ਰਵਾਸ ਬਾਰੇ ਗੱਲਬਾਤ ਕਰਾਂਗੇ। ਇੱਕ ਵਾਰ ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਬਹੁਤ ਸ਼ੁਕਰੀਆ ਜੀ।